ਉਧਰ ਹੀਰਾਂ ਵਾਲੀ ਟੀਮ ਦਾ ਬੜਾ ਮਾਣ ਕੀਤਾ ਗਿਆ ਸੀ ਦੇ ਸਾਹਮਣੇ ਸਾਡੀ ਪ੍ਰਬੰਧ ਕਮੇਟੀ ਤਰਫੋਂ ਜੋ 32 ਕਿਲੋ ਦੀ ਟੀਮ ਸੀ ਬੜੇ ਮਾਣ ਬਖਸ਼ੇ ਗਏ ਸੀ ਦੇ ਸਾਹਮਣੇ ਸਾਰੇ ਸਤਿਕਾਰਯੋਗ ਸੱਜਣਾਂ ਵੱਲੋਂ ਦੂਸਰੇ ਪਾਸੇ ਨੌਜਵਾਨ ਖੇਡ ਮੈਦਾਨ ਦੇ ਵਿੱਚ ਜਖੇਪਣਾ ਵਾਲਾ ਵਾਧਾ ਹੋਇਆ ਤੇ ਲੱਖ ਜੋ ਪੁਆਇੰਟ ਧਾਵੀ ਦੇ ਹਿੱਸੇ ਵਿੱਚ ਜੁੜਦਾ ਹੋਇਆ ਨਾਲ ਸਾਰੇ ਦਾਨੀ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ ਨਾਲ ਸਾਡੇ ਸਰਦਾਰ ਹਰਦਿਆਲ ਸਿੰਘ ਜੀ ਗੱਲ ਚੰਡੀਗੜ੍ਹ ਵਾਲੇ ਉਹਨਾਂ ਵੱਲੋਂ 15,000 ਰੁਪਏ ਦਿੱਤੇ ਗਏ ਆ ਵੱਡੀ ਰਾਸ਼ੀ ਸਾਬਕਾ ਸਰਪੰਚ ਮਲਕੀਤ ਸਿੰਘ ਜੀ ਚੌਲ ਉਹਨਾਂ ਦੇ ਪਰਿਵਾਰ ਵੱਲੋਂ 11,000 ਰੁਪਏ ਸਰਦਾਰ ਗੁਰਚਰਨ ਸਿੰਘ ਜੀ ਗੱਲ ਪੁੱਤਰ ਸਭ ਸੁੱਚਾ ਸਿੰਘ ਜੀ ਗੱਲ ਉਹਨਾਂ ਵੱਲੋਂ 11,000 ਰੁਪਏ ਦੀ ਰਾਸ਼ੀ ਦਿੱਤੀ ਗਈ ਆ ਇਸ ਖੇਡ ਮੇਲੇ ਨੂੰ ਸਭ ਬਲਜੀਤ ਸਿੰਘ ਜੀ ਚੌਲ ਕੈਨੇਡੀਅਨ ਅਤੇ ਗੁਰਦੀਪ ਸਿੰਘ ਜੀ ਜੌੜਾ ਉਹਨਾਂ ਵੱਲੋਂ 11,000 ਰੁਪਏ ਦੀ ਰਾਸ਼ੀ ਦਿੱਤੀ ਗਈ ਆ ਸਰਦਾਰ ਬਲਜੀਤ ਸਿੰਘ ਜੀ ਗੱਲ ਪ੍ਰਧਾਨ ਪੈਰਾਮਾਊਂਟ ਸਪੋਰਟਸ ਕਲੱਬ ਉਹਨਾਂ ਵੱਲੋਂ ਵੀ 11,000 ਰੁਪਏ ਦਿੱਤੇ ਗਏ ਆ ਨਾਲ ਸਰਦਾਰ ਮਿਹਰਬਾਨ ਸਿੰਘ ਜੀ ਗੱਲ ਕੈਨੇਡਾ ਵਾਲੇ ਉਹਨਾਂ ਵੱਲੋਂ ਵੀ 11,000 ਰੁਪਏ ਦਿੱਤੇ ਗਏ ਆ ਇਹਨਾਂ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ ਪ੍ਰਬੰਧ ਕਮੇਟੀ ਤਰਫੋਂ ਨਾਲ ਸਾਡੇ ਸਰਦਾਰ ਮੇਜਰ ਸਿੰਘ ਜੀ ਚੌਲ ਕੈਨੇਡੀਅਨ ਹੈਲੋ ਵੀਰੇ ਜੇ ਕੋਈ 70 ਕਿਲੋ ਦੀ ਟੀਮ ਆਈ ਆ ਐਂਟਰ ਹੋ ਜਾਏ ਆਗੇ 70 ਕਿਲੋ ਦੀ ਟੀਮ ਜਲਦੀ ਤੋਂ ਜਲਦੀ ਐਂਟਰ ਹੋ ਜਾਏ ਉਹਨਾਂ ਵੱਲੋਂ ਵੀ 10,000 ਰੁਪਏ ਦਿੱਤੇ ਗਏ ਆ ਸਰਦਾਰ ਮੇਜਰ ਸਿੰਘ ਜੀ ਚੌਲ ਕੈਨੇਡੀਅਨ ਸਰਦਾਰ ਬਲਦੇਵ ਸਿੰਘ ਜੀ ਗੱਲ ਨੈਸਲੇ ਵਾਲੇ ਉਹਨਾਂ ਵੱਲੋਂ 5,500 ਰੁਪਏ ਸਭ ਅਨੂਪ ਸਿੰਘ ਜੀ ਗੱਲ ਉਹਨਾਂ ਦੇ ਪਰਿਵਾਰ ਵੱਲੋਂ 5,500 ਰੁਪਏ ਸਰਦਾਰ ਨਿਸ਼ਤਰ ਸਿੰਘ ਜੀ ਚੀਮਾ ਕੈਨੇਡੀਅਨ ਉਹਨਾਂ ਵੱਲੋਂ ਵੀ 5,500 ਰੁਪਏ ਸਰਦਾਰ ਹਰਚੰਦ ਸਿੰਘ ਜੀ ਗੱਲ ਕੈਨੇਡੀਅਨ ਉਹਨਾਂ ਵੱਲੋਂ ਵੀ 5,500 ਰੁਪਏ ਸੂਬੇਦਾਰ ਮਲਕੀਤ ਸਿੰਘ ਜੀ ਇੰਗਲੈਂਡ ਉਹਨਾਂ ਵੱਲੋਂ ਵੀ 5,500 ਰੁਪਏ ਸਭ ਜਰਨੈਲ ਸਿੰਘ ਜੀ ਗੱਲ ਦੇ ਪਰਿਵਾਰ ਵੱਲੋਂ 5,500 ਰੁਪਏ ਦੀ ਰਾਸ਼ੀ ਦਿੱਤੀ ਗਈ ਆ ਡਾਕਟਰ ਭਗਵੰਤ ਸਿੰਘ ਜੀ ਜੌਲ ਉਹਨਾਂ ਵੱਲੋਂ ਵੀ 5,500 ਰੁਪਏ ਸਰਦਾਰ ਸੁਖਜਿੰਦਰ ਸਿੰਘ ਜੀ ਗੱਲ ਇੰਗਲੈਂਡ ਵਾਲੇ ਉਹਨਾਂ ਵੱਲੋਂ ਵੀ 5,500 ਰੁਪਏ ਦੇ ਵੱਡੇ ਮਾਣ ਬਖਸ਼ੇ ਗਏ ਇਸ ਖੇਡ ਮੇਲੇ ਨੂੰ ਨਾਲ ਫੌਜੀ ਜੀਤ ਸਿੰਘ ਜੀ ਜੌਲ ਪੁੱਤਰ ਸਾਹਿਬ ਜਗਤ ਸਿੰਘ ਜੀ ਜੌਲ ਉਹਨਾਂ ਵੱਲੋਂ ਵੀ 5,500 ਰੁਪਏ ਸਭ ਮਾਸਟਰ ਆਦਮ ਸਿੰਘ ਜੀ ਗੱਲ ਕੈਨੇਡੀਅਨ 5,500 ਰੁਪਏ ਪਿੰਡ ਦੇ ਨਗਰ ਨਿਵਾਸੀਆਂ ਦੇ ਪ੍ਰਵਾਸੀ ਵੀਰਾਂ ਦੇ ਐਨਆਰਆਈ ਵੀਰਾਂ ਦੇ ਬਹੁਤ ਬਹੁਤ ਧੰਨਵਾਦ ਸਮੁੱਚੀ ਪ੍ਰਬੰਧਕ ਕਮੇਟੀ ਤਰਫੋਂ ਵੱਡੇ ਮਾਣ ਬਖਸ਼ੇ ਜਾਣਗੇ ਖੇਡ ਮੈਦਾਨ ਦੇ ਵਿੱਚ ਦੂਸਰੇ ਪਾਸੇ ਆਪਾਂ ਖੇਡ ਮੈਦਾਨ ਦੇ ਨਾਲ ਜੁੜਦੇ ਹਾਂ ਸਿੱਖ ਸਰਦਾਰ ਵਾਧਾ ਹੋਇਆ ਕਿ ਉਹਨੇ ਹੋਰ ਕੀ ਲੈਣਾ ਦੁਨੀਆਂ ਤੋਂ ਪਿਓ ਮਿਲ ਜੇ ਕਲੰਗੀ ਧਰ ਵਰਗਾ ਜਿਹਨੂੰ ਸਾਹਿਬ ਕੌਰ ਜੀ ਮਾਂ ਮਿਲ ਜੇ ਉਹਨੇ ਹੋਰ ਕੀ ਮੰਗਣਾ ਰੱਬ ਕੋਲੋਂ ਜਿਹਨੂੰ ਸ੍ਰੀ ਅਨੰਦਪੁਰ ਸਾਹਿਬ ਜੀ ਥਾਂ ਮੁਝੇ ਕੇਵਲ ਸਿੰਘ ਜੀ ਬੂਜਾਂ ਵਾਲਾ ਹੇਜ ਕਲੱਬ ਦੇ ਅਹੁਦੇਦਾਰ ਨੇ ਵੱਡੇ ਮਾਣ ਬਖਸ਼ੇ ਹੇਜ ਵਾਲੇ ਨੇ ਦਾਸ ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਦੇ ਪਵਿੱਤਰ ਧਰਤੀ ਦੇ ਦੂਸਰੇ ਪਾਸੇ ਨੌਜਵਾਨ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਲਓ ਲੱਖਾਂ ਜਿਹਾ ਪੁਆਇੰਟ ਨੌਜਵਾਨ ਧਾਵੀ ਦੇ ਖਾਤੇ ਵਿੱਚ ਜੁੜਦਾ ਹੋਇਆ ਜਖੇਪਣਾ ਦੀ ਟੀਮ ਦੇ ਹਿੱਸੇ ਵਿੱਚ ਜੁੜਦਾ ਹੋਇਆ ਅਗਲਾ ਜੋ ਮੈਚ
ਕੋਕਰ ਹੀਰੇ ਤੇ ਬਲਖੰਡੀ ਦਾ ਹੋਵੇਗਾ ਖੇਡ ਮੈਦਾਨ ਦੇ ਵਿੱਚ ਰਾਜੀਆਂ ਤੇ ਮਹਿਣਾ ਦੂਸਰੇ ਪਾਸੇ ਲੰਡੇਗੇ ਪਿੰਡ ਵਾਲਾ ਨੌਜਵਾਨ ਖੇਡ ਮੈਦਾਨ ਤੇ ਵਧਿਆ ਹੋਇਆ ਚੁੱਕਿਆ ਹੋਇਆ ਨੌਜਵਾਨ ਚੁੱਕਿਆ ਤਾਂ ਈ ਨਹੀਂ ਬਣਦਾ ਕਿ ਕੋਈ ਨੌਜਵਾਨ ਮੇਰੇ ਮੋਟਿਆ ਪੱਟਾਂ ਤੋਂ ਖਿੱਚਣਾ ਮਾਰ ਲਈ ਦੂਸਰੇ ਪਾਸੇ ਨੌਜਵਾਨ ਮੋਟਿਆ ਪੱਟਾਂ ਤੋਂ ਖਿੱਚ ਕੇ ਲੱਖਾਂ ਜਾਂ ਪੁਆਇੰਟ ਆਪਣੀ ਟੀਮ ਦੇ ਖਾਤੇ ਵਿੱਚ ਜੋੜਦਾ ਹੋਇਆ ਦਸਵੀਂ ਰਲੇਖੇ ਜੋ ਕਿ ਕਿਹੜੀ ਟੀਮ ਜੇਤੂ ਆ ਪੁਆਇੰਟ ਵਾਲਾ ਵੀਰ ਦਸੀ ਵੀਰ ਕਿਹੜੀ ਟੀਮ ਜੇਤੂ ਆ ਜਖੇਪਲਾਂ ਦੀ ਟੀਮ ਜੇਤੂ ਰਹੀ ਇਸ ਮੁਕਾਬਲੇ ਚੋਂ ਜਖੇਪਲ ਪਿੰਡ ਕੋਕਰੀ ਹੇਰ ਏ ਤੇ ਬਲਖੰਡੀ ਰਾਜਿਆਣਾ ਪਿੰਡ ਤੇ ਮਹਿਣਾ ਇਹ ਟੀਮਾਂ ਗਰਾਊਂਡ ਦੇ ਬਾਹਰ ਵਾਰਮ ਅਪ ਹੋਣ ਤੇ ਗਰਾਊਂਡ ਦੇ ਲਾਗੇ ਆਉਣ ਸਾਰੇ ਖਿਡਾਰੀ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਦੂਸਰੀ ਟੀਮ ਵੀ ਬਲਖੰਡੀ ਪੁੱਜ ਗਈ ਕੋਕਰੀ ਹੇਰੇ ਇਹ ਵੀ ਟੀਮ ਬਿਨਾਂ ਕਿਸੇ ਦੇਰੀ ਤੋਂ ਸਿੱਟ ਲਾਉਣ ਸਾਰੇ ਖਿਡਾਰੀ ਵੀਰ ਸਮੇਂ ਸਿਰ ਪੁੱਜਦੇ ਜਾ ਰਹੇ ਆ ਸਾਰੇ ਖਿਡਾਰੀ ਵੀਰਾਂ ਨੂੰ ਇਸ ਖੇਡ ਮੇਲੇ ਦੀ ਲੱਖ ਲੱਖ ਮੁਬਾਰਕ ਹੋਵੇ ਦੂਸਰਾ ਸ਼ਾਨਦਾਰ ਕਬੱਡੀ ਟੂਰਨਾਮੈਂਟ ਪਿੰਡ ਪੁਰਾਣੇ ਵਾਲਾ ਮੋਗੇ ਜ਼ਿਲ੍ਹੇ ਦੀ ਕੱਖ ਵਿੱਚ ਵਸਿਆ ਹੋਇਆ ਨਾਲ ਮੇਰੀ ਵੀਰ ਚਲੋ ਆ ਗਏ ਹੋ ਮੈਂ ਅਨਾਊਂਸ ਕਰਨ ਲੱਗਾ ਗਾਂ ਤੋਂ ਟੀ ਸ਼ਰਟਾਂ ਪਾ ਕੇ ਨਹੀਂ ਆਉਣਗਾ ਰੈਫਰੀ ਵੀਰਾਂ ਵੱਲੋਂ ਪ੍ਰਬੰਧਕ ਕਮੇਟੀ ਵੱਲੋਂ ਬੇਨਤੀ ਆ ਪੁਆਇੰਟ ਕੱਟਾਂਗੇ ਜਿਹੜੇ ਖਿਡਾਰੀ ਟੀ ਸ਼ਰਟਾਂ ਪਾ ਕੇ ਆਏ ਸੰਤ ਬਾਬਾ ਜਰਨੈਲ ਦਾਸ ਜੀ ਗਊਸ਼ਾਲਾ ਕਪੂਰੇ ਵਾਲਿਆਂ ਦੇ ਆਸ਼ੀਰਵਾਦ ਦੇ ਨਾਲ ਅੱਜ ਦਾ ਇਹ ਖੇਡ ਮੇਲਾ ਪੂਰੇ ਜੋਬਰ ਤੇ ਚੱਲਦਾ ਹੋਇਆ ਵੱਡੀ ਦੇਣ ਪ੍ਰਵਾਸੀ ਵੀਰਾਂ ਦੀ ਐਨਆਰਈ ਵੀਰਾਂ ਦੀ ਪੁਰਾਣੇ ਵਾਲੇ ਪਿੰਡ ਦੇ ਸਾਰੇ ਨਗਰ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਪੈਰਾਮਾਊਟ ਸਪੋਰਟਸ ਕਲੱਬ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਰਾਮ ਪੰਚਾਇਤ ਸਮੂਹ ਨਗਰ ਨਿਵਾਸੀ ਸਮੂਹ ਐਨਆਰਈ ਵੀਰ ਪਿੰਡ ਪੁਰਾਣੇ ਵਾਲੇ ਵੱਲੋਂ ਜੀਓ ਆਖਿਆ ਜਾ ਰਿਹਾ ਧੰਨਵਾਦ ਕੀਤਾ ਜਾ ਰਿਹਾ ਸਟੇਜ ਤੇ ਬੈਠੇ ਮਾਣਯੋਗ ਸਨਮਾਨਯੋਗ ਸਾਰੇ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ ਬਲਖੰਡੀ ਦੀ ਟੀਮ ਇੱਧਰ ਸ਼ੁਭਦੇ ਵਾਲੀ ਸਾਈਡ ਆ ਪੁਆਇੰਟ ਵਾਲਾ ਵੀਰ ਨੋਟ ਕਰੇ ਬਲਖੰਡੀ ਦੀ ਟੀਮ ਵੀਰ ਮੇਰੇ ਵੱਲ ਧਿਆਨ ਦੇ ਪੁਆਇੰਟ ਵਾਲਿਆ ਠੀਕ ਆ ਵੀਰ ਦੂਸਰੇ ਪਾਸੇ ਨੌਜਵਾਨ ਖੇਡ ਮੈਦਾਨ ਵਿੱਚ ਕੋਕਰੀ ਹੇਰ ਵੱਲ ਵਾਧਾ ਹੋਇਆ ਪਹਿਲਾ ਪੁਆਇੰਟ ਨੌਜਵਾਨ ਨੇ ਆਪਣੀ ਟੀਮ ਦੇ ਖਾਤੇ ਵਿੱਚ ਜੋੜਿਆ ਦੂਸਰੇ ਪਾਸੇ ਨੌਜਵਾਨ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਲਓ ਪੁਆਇੰਟ ਕਿਹਦੇ ਖਾਤੇ ਵਿੱਚ ਆਵੇਗਾ ਕਬੱਡੀ ਸਮੇਂ ਦੀ ਮਤਾਜ ਆ ਕਿ ਬਚੀ ਜਿੰਦੜਗੇ ਜੱਟਾਂ ਤੋਂ ਬਚੀ ਜਿੰਦੜਗੇ ਜੱਟਾਂ ਤੋਂ ਲੜਦੇ ਨੇ ਖਾਲਿਆਂ ਵੱਟਾਂ ਤੋਂ ਚੱਕਦੇ ਨੇ ਮੋਟਿਆਂ ਪੱਟਾਂ ਤੋਂ ਇਹ ਬੜੇ ਪਤੰਦਰ ਮਾੜੇ ਨੇ ਰਾਤਾਂ ਨੂੰ ਧੁੱਪਾਂ ਸੇਕਦੇ ਨੇ ਦਿਨੇ ਦਿਖਾਉਂਦੇ ਤਾਰੇ ਨੇ ਨੌਜਵਾਨੇ ਤਾਰੇ ਦਿਖਾਉਣ ਵਾਲੀ ਗੱਲ ਕੀਤੀ ਆ ਖੇਡ ਮੈਦਾਨ ਦੇ ਵਿੱਚ ਦੂਸਰੇ ਪਾਸੇ ਨੌਜਵਾਨ ਦੂਸਰੇ ਪਾਸੇ ਨਿੱਕਾ ਨੌਜਵਾਨ ਕਬੱਡੀ ਪਾ ਰਿਹਾ ਖੇਡ ਮੈਦਾਨ ਵਿੱਚ ਤਿੰਨ ਯਾਫੀ ਨੇ ਕਿ ਇੱਕ ਮਠੂਰ ਕੀਪਾ ਬਦਰੀ ਦਾ ਛਾ ਗਿਆ ਤੀਜੀ ਮੈਂ ਸਕੌਡੀ ਸ਼ੀਰਾ ਬੋਪਰ ਆਏ ਪਾ ਗਿਆ ਪੰਜਾਬ ਲਾਈਵ ਵਨ ਡੋਟ ਕੌਮ ਦੇ ਜਰਗੇ ਇੱਕ ਕਬੱਡੀ ਦਿਖਾ ਰਹੀ ਆ ਸਾਡੇ ਵੀਰ ਜਾਸ ਆਪਣੇ ਕੈਮਰੇ ਵਿੱਚ ਕੈਚ ਕਰ ਰਿਹਾ ਗਗਨ ਤੇ ਹੈਪੀ ਹੋਣਾ ਦਾ
ਬਹੁਤ ਬਹੁਤ ਧੰਨਵਾਦ। ਚੱਲ ਵੀ ਨੌਜਵਾਨਾਂ ਪਾ ਕਬੱਡੀ ਖੇਡ ਮੈਦਾਨ ਵਿੱਚ ਦੂਸਰੇ ਪਾਸੇ ਨੌਜਵਾਨ ਖੇਡ ਮੈਦਾਨ ਦੇ ਜਵਾਬ ਦਾ ਹੋਇਆ ਬਲਖੰਡੀ ਦੀ ਧਰਤੀ ਰਾਜੂ ਦੇ ਵੱਡੇ ਮਾਣ ਹੋਏ ਭਾਵਾਂ ਬੋਲਟ ਮੋਟਰਸਾਈਕਲ ਦੇ ਨਾਲ ਭਾਵਾਂ ਵੱਡੇ ਮਾਣ ਬਖਸ਼ੇ ਗਏ ਢੰਡੋਵਾਲ ਦੇ ਕਬੱਡੀ ਕੱਪ ਤੇ ਸਪਲੈਂਡਰ ਮੋਟਰਸਾਈਕਲ ਦੇ ਨਾਲ ਤੇ ਲੱਖਾਂ ਜਿਹਾ ਪੁਆਇੰਟ ਬਲਖੰਡੀ ਦੀ ਟੀਮ ਦੇ ਖਾਤੇ ਵਿੱਚ ਜੁੜਦਾ ਹੋਇਆ ਅਗਲਾ ਮੈਚ ਰਾਜੇ ਵਾਲਾ ਪਿੰਡ ਤੇ ਮਹਿਣੇ ਦਾ ਹੋਵੇਗਾ ਦੋਵਾਂ ਟੀਮਾਂ ਦਾ ਇੱਕ ਇੱਕ ਪਲੇਅਰ ਹੱਥ ਖੜਾ ਕਰੋ ਰਾਜੇ ਵਾਲਾ ਪਿੰਡ ਪੁੱਜ ਗਈ ਮਹਿਣੇ ਦੀ ਟੀਮ ਉਹ ਵੀ ਟੀਮ ਬਿਨਾਂ ਕਿਸੇ ਦੇਰੀ ਤੋਂ ਗਰਾਊਂਡ ਤੇ ਲੱਗ ਗਈ ਅੱਜ ਨਵੀਰ ਲਓ ਪੁਆਇੰਟ ਜਾਫਕਾਂ ਦੇ ਖਾਤੇ ਵਿੱਚ ਜੁੜਦਾ ਹੋਇਆ ਬਲਖੰਡੀ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਦੂਸਰੇ ਪਾਸੇ ਨੌਜਵਾਨ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਵੱਧ ਕੇ ਬੋਲਿਆ ਹੋਇਆ ਤਾਵਾ ਲਓ 3000 ਵੀ ਵਿਉਂਤਬੰਦੀ ਕਰਦੇ ਨੇ ਥਾਪਕਾਂ ਮਾਰਦੇ ਨੇ ਲਓ ਇੱਕ ਨੰਬਰ ਤੋਂ ਨੌਜਵਾਨ ਕੋਸ਼ਿਸ਼ ਕਰਦਾ ਹੋਇਆ ਕਿ ਵਿੱਚ ਮੈਦਾਨ ਦੇ ਆ ਕੇ ਖੇਡ ਦਿਖਾਉਣੀ ਪੈਂਦੀ ਆ ਲੜ ਲਾ ਕੇ ਕੋਚਾਂ ਦੀ ਮਿਹਨਤ ਲਾਉਣੀ ਪੈਂਦੀ ਆ ਦੁਨੀਆਂ ਐਵੇਂ ਨਹੀਂ ਉਹ ਬਣਦੀ ਪੰਜਾਬੀ ਵੀਰੋ ਖੇਡ ਦਿਖਾਉਣੀ ਪੈਂਦੀ ਆ ਦੂਸਰੇ ਪਾਸੇ 4000 ਨੇ ਵਿਉਂਤਬੰਦੀ ਕਰਦੇ ਨੇ ਹਾਂ ਬੁਲਬੁਲ ਹੈ ਇਸਕੀ ਜੇ ਗੁਲਸਤਾਨ ਹਮਾਰਾ ਸਾਰੀ ਜਾਂ ਸੇ ਅੱਛਾ ਜੇ ਹਿੰਦੁਸਤਾਨ ਹਮਾਰਾ ਸਾਰੀ ਜਾਂ ਸੇ ਅੱਛਾ ਜੇ ਹਿੰਦੁਸਤਾਨ ਹਮਾਰਾ ਪੰਜਾਬ ਦੀ ਧਰਤੀ ਕਰਮਾਂ ਵਾਲੀ ਆ ਯੋਧਿਆਂ ਦੀ ਨਗਰੀ ਆ ਜਿੱਥੇ ਗੱਲ ਹੁੰਦੀ ਭਗਤ ਸਿੰਘ ਸਰਦਾਰ ਦੀ ਊਧਮ ਸਿੰਘ ਰਾਜਗੁਰੂ ਸੁਖਦੇਵ ਕਰਤਾਰ ਸਿੰਘ ਸਰਾਭੇ ਵਰਗਿਆਂ ਦੀ ਗੱਲ ਹੁੰਦੀ ਆ ਜਨਮ ਭੂਮੀ ਪੰਜਾਬ ਦੀ ਕਿ ਰੰਗਲੇ ਪੰਜਾਬ ਦੀ ਕੀ ਸਿਫਤ ਸਨਾਵਾਂ ਜਿੱਥੇ ਰੱਬ ਵਰਗੀਆਂ ਮਾਵਾਂ ਧਰਤੀ ਪੰਜ ਦਰਿਆ ਦੀ ਰਾਣੀ ਜਿਹਦਾ ਸ਼ਰਬਤ ਵਰਗਾ ਪਾਣੀ ਜਿਹਦਾ ਸ਼ਰਬਤ ਵਰਗਾ ਪਾਣੀ ਦੂਸਰੇ ਪਾਸੇ ਨੌਜਵਾਨ ਕੋਸ਼ਿਸ਼ ਕਰਦਾ ਹੋਇਆ ਤੇ ਸਫਲਤਾ ਧਾਵੀ ਦੇ ਕਰਮ ਚੁੰਮਦੀ ਹੋਈ ਕੱਲ ਵੀ ਗੱਬਰਗਾ ਪਾ ਕਬੱਡੀ ਖੇਡ ਮੈਦਾਨ ਦੇ ਵਿੱਚ ਰਾਜੇ ਵਾਲਾ ਪਿੰਡ ਤੇ ਮਿਹਨਤ ਦੀਆਂ ਟੀਮਾਂ ਦੋਵੇਂ ਟੀਮਾਂ ਤਿਆਰ ਰਹਿਣ ਕਿਸੇ ਵੀ ਟੀਮ ਨੂੰ ਕੋਈ ਵੀ ਸਮਾਂ ਨਹੀਂ ਦਿੱਤਾ ਜਾਵੇਗਾ ਦੂਸਰੇ ਪਾਸੇ ਨੌਜਵਾਨ ਖੇਡ ਮੈਦਾਨ ਵਿੱਚ ਕੋਕਰੀ ਹੇਰਾ ਵਾਲਾ ਵਾਧਾ ਹੋਇਆ ਲਓ ਲੱਖਾਂ ਜਿਹਾ ਪੁਆਇੰਟ ਜਾਫਕਾਂ ਦੇ ਖਾਤੇ ਵਿੱਚ ਜੁੜਦਾ ਹੋਇਆ ਚੱਲ ਵੀ ਗੱਬਰਗਾ ਪਾ ਕਬੱਡੀ ਖੇਡ ਮੈਦਾਨ ਵਿੱਚ ਖੇਡਾਂ ਵਿੱਚੋਂ ਖੇਡ ਵੱਡੀ ਜਿਹਨੂੰ ਆਖਦੇ ਕਬੱਡੀ ਖੇਡੀ ਜਾਂਦੀ ਲਾ ਕੇ ਪੂਰਾ ਤਾਣ ਮਿੱਤਰੋ ਕੌਡੀ ਭੰਗੜਾ ਪੰਜਾਬੀਆਂ ਦੀ ਸ਼ਾਨ ਮਿੱਤਰੋ ਦੂਜੇ ਰਾਊਂਡ ਚ ਕੋਈ ਪਲੇਅਰ ਅਦਲਾ ਬਦਲੀ ਨਹੀਂ ਕੀਤਾ ਜਾਣਾ ਬਾਈ ਬੋਲਦੇ ਭਾਵੇਂ ਪਿੰਡ ਦਾ ਹੋਵੇ ਤੇ ਭਾਵੇਂ ਬਾਹਰਲਾ ਕੋਈ ਨਹੀਂ ਖੇਡ ਸਕਦਾ ਦੂਜੇ ਰਾਊਂਡ ਚ ਬਹੁਤ ਬਹੁਤ ਧੰਨਵਾਦ ਵੀਰ ਐਂਟਰੀ ਕਾਊਂਟਰ ਵਾਲੇ ਵੀਰਾਂ ਦਾ ਸਮੇਂ ਸਿਰ ਜਾਣਕਾਰੀ ਦਿੰਦੇ ਹੋ ਸਾਰੀ ਸਤਿਕਾਰਯੋਗ ਸੱਜਣੋ ਕਿਸੇ ਵੀ ਖਿਡਾਰੀ ਵੀਰ ਦੀ ਕੋਈ ਅਦਲਾ ਬਦਲ ਨਹੀਂ ਕੀਤੀ ਜਾਣੀ ਜਿਹੜਾ ਖਿਡਾਰੀ ਵੀਰ ਇੱਕ ਵਾਰੀ ਖੇਡ ਗਿਆ ਉਹ ਸਾਰੇ ਮੈਚਾਂ ਵਿੱਚ ਖੇਡੇਗਾ ਦੂਸਰੇ ਪਾਸੇ ਨੌਜਵਾਨ ਕਹਿਰਵਾਨ ਹੁੰਦਾ ਹੋਇਆ ਜੱਫਾ ਲਾਉਣ ਦੀ ਪੂਰੀ ਕੋਸ਼ਿਸ਼ ਕਰਦਾ ਹੋਇਆ ਕਿ ਸੌਖੀ ਨਹੀਂ ਕਬੱਡੀ ਖੇਡਣੀ ਪੈਂਦਾ ਸਰੀਰ ਨੂੰ ਭੱਠੀ ਦੇ ਵਿੱਚ ਚੋਕਣਾ ਤੇ ਲੱਗ ਜਾਂਦੀ ਪੂਰੀ ਜਾਨ ਮਿੱਤਰੋ ਵੀ ਨਹੀਂ ਰੋਕਣਾ ਤੇ ਲੱਖਾਂ ਜਿਹਾ ਪੁਆਇੰਟ ਜਾਫਕਾਂ ਦੇ ਖਾਤੇ ਵਿੱਚ ਜੁੜਦਾ ਹੋਇਆ ਬਲਖੰਡੀ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ
ਹੈਲੋ ਖੇਡ ਮੈਦਾਨ ਵਿੱਚ ਮੁਕਾਬਲਾ ਸ਼ੁਰੂ ਹੋਣ ਜਾ ਰਿਹਾ। ਟੌਸ ਪੈ ਰਹੀ ਆ ਰਾਜਿਆਣਾ ਪਿੰਡ ਤੇ ਮਹਿਣਾ ਸਾਡੇ ਸਾਰੇ ਅਫੀਸ਼ੀਅਲ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਲੈਟ ਵਾਲੀ ਬਿੱਲਾ ਗਾਲ ਪਿੰਡ ਦਾ ਪੂਜਾ ਸ਼ਵੀਰ ਭੈਣੀ ਧਰਤੀ ਦਾ ਉਹ ਵੀ ਮੇਰਾ ਵੀਰ ਪੂਜਾ ਨਾਲ ਕਰਮਾ ਚੱਕਰ ਪਿੰਡ ਦਾ ਤੇ ਨਾਲ ਬੂਟਾ ਭਮਾਲ ਵਾਲਾ ਉਹ ਵੀ ਪੂਜਾ ਹੋਇਆ। ਭਾਈ ਤੁਹਾਡੀ ਟੀਮ ਜਿੱਤੀ ਸੀ ਹੁਣ ਲਿਖਾਈ ਮੇਰੇ ਵੀਰ ਠੀਕ ਹੈ। ਨੋਟ ਕਰੋ ਮੇਰੇ ਵੀਰ ਬਲਖੰਡੀ ਦੀ ਟੀਮ ਜੇਤੂ ਰਹੀ ਸੀ ਇਸ ਮੁਕਾਬਲੇ ਚ। ਤਾਇਆ ਹਰਬੰਸ ਵੇਟ ਵਾਲੀ ਟਰਾਲੀ ਕੋਲੇ ਪਹੁੰਚੀ ਹਰਬੰਸ ਤਾਇਆ। ਹੈਲੋ 60 ਕਿਲੋ ਭਾਰ ਵਰਗ ਦੇ ਮੁਕਾਬਲੇ ਚੱਲ ਰਹੇ ਆ। ਐਂਟਰੀ ਕਾਊਂਟਰ ਵਾਲੇ ਵੀਰ ਨੂੰ ਬੇਨਤੀ ਆ ਕਿ ਆਹ ਮੈਚ ਰੱਖ ਕੇ ਅਗਲੇ ਮੈਚਾਂ ਦੀ ਆ ਤਾਈਆਂ ਪਾਰੇ ਪ੍ਰੀਤ ਮਸਿਆ ਤਾਈਆਂ ਪਾ ਦੇ ਤਾਂ ਕਿ ਆਪਾਂ ਸਾਰੇ ਮੈਚ ਸਮੇਂ ਸਿਰ ਸ਼ੁਰੂ ਕਰਾਈਏ। ਨਾਲ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ। ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾ ਰਹੇ ਆ। ਇੱਧਰ ਪੁਰਾਣੀ ਟੈਂਕੀ ਦੇ ਕੋਲ ਪਿੰਡ ਵਾਲੀ ਸਾਈਡ ਸਾਰੇ ਖਿਡਾਰੀ ਵੀਰ ਦਰਸ਼ਕ ਵੀਰ ਪ੍ਰਸ਼ਾਦ ਦਾ ਪਾਣੀ ਛਕ ਸਕਦੇ ਆ। ਪੁਰਾਣੀ ਟੈਂਕੀ ਦੇ ਵਿੱਚ ਸਾਰੇ ਖਿਡਾਰੀ ਵੀਰਾਂ ਨੇ ਪੰਗਤਾ ਲਾ ਕੇ ਪ੍ਰਸ਼ਾਦਾ ਪਾਣੀ ਛਕਣਾ। ਕਿਸੇ ਵੀ ਮੇਰੇ ਵੀਰ ਖਿਡਾਰੀ ਵੀਰ ਨੇ ਜਲਦਬਾਜ਼ੀ ਨਹੀਂ ਕਰਨੀ। ਵੱਡੇ ਪ੍ਰਬੰਧ ਕੀਤੇ ਹੋਏ ਆ ਸਾਡੇ ਸੱਜਣਾਂ ਦੇ। ਮਿਹਨਤ ਦੀ ਟੀਮ ਚੜ੍ਹਦੇ ਵਾਲੀ ਸਾਈਡ ਪੁਆਇੰਟ ਵਾਲਾ ਵੀਰ ਨੋਟ ਕਰੇ। ਰਾਜਿਆਣਾ ਪਿੰਡ ਸ਼ਿਵਦੇ ਵਾਲੀ ਸਾਈਡ ਕਿ ਮਾਝੇ ਅਤੇ ਮਾਲਵੇ ਦੇ ਮੈਚ ਮਿੱਤਰੋ ਫਸ ਗਈਆਂ ਕੁੰਡੀਆਂ ਬਾਹਰ ਬੈਠੇ ਬੰਦਿਆਂ ਚ ਗੱਲਾਂ ਹੁੰਦੀਆਂ ਕਿ ਟੀਮਾਂ ਦੋਵੇਂ ਚੰਡੀਆਂ। ਲਓ ਨੌਜਵਾਨ ਸੁਰਜਣ ਸਿੰਘ ਖੇਡ ਮੈਦਾਨ ਚ ਵਾਧਾ ਹੋਇਆ। ਇੱਕ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਨੇ ਸੁਰਜਣ ਸਿੰਘ ਜੀ ਚੱਠਾ ਸਾਹਿਬ ਬਲਵੀਰ ਬਿੱਟੂ ਬਾਂਗਰਾ ਵਾਲਾ ਉਹਨਾਂ ਦੀ ਫੈਡਰੇਸ਼ਨ ਬਣੀ ਹੋਈ ਆ। ਦੂਸਰੇ ਪਾਸੇ ਲੱਖਾਂ ਜਾਂ ਪੁਆਇੰਟ ਰਾਜਿਆਣੀ ਦੀ ਟੀਮ ਦੇ ਖਾਤੇ ਵਿੱਚ ਜੁੜਦਾ ਹੋਇਆ ਬਿੱਲੂ ਰਾਜਿਆਣੀ ਦਾ ਪਿੰਡ ਆ। ਤਕੜੀ ਕਬੱਡੀ ਖੇਡੀ ਆਪਣੇ ਸਮੇਂ ਵਿੱਚ। ਦੂਸਰੇ ਪਾਸੇ ਗੱਬਰ ਨੌਜਵਾਨ ਆਪਣੀ ਟੀਮ ਦੇ ਖਾਤੇ ਵਿੱਚ ਇੱਕ ਪੁਆਇੰਟ ਵਾਧਾ ਕਰਦਾ ਹੋਇਆ ਗੱਗੂ ਬਰਸਾਲਾ ਵਾਲਾ ਆਪਣੀ ਟੀਮ ਕੋਲੇ ਗੱਡੀ ਕੋਲੇ ਪੁੱਜੇ ਮੇਰੇ ਵੀਰ ਗੱਗੂ ਬਰਸਾਲਾ ਵਾਲਾ। ਦੂਸਰੇ ਪਾਸੇ ਨੌਜਵਾਨ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ। ਸੋਹਣਾ ਮੈਚ ਖੇਡਿਆ ਜਾ ਰਿਹਾ ਦੋਵਾਂ ਜਾਣਿਆਂ ਵਿੱਚ ਮਾੜਾ ਹੁੰਦਾ ਫਨ ਅੜਿਆ ਤੀਜੇ ਦਾ ਤੇ ਲਿਆਕਤ ਵਾਲੀ ਬਿੱਲਾ ਫੈਸਲਾ ਕਰਦਾ ਕਿ ਪੁਆਇੰਟ ਧਾਵੀ ਦੇ ਖਾਤੇ ਵਿੱਚ ਜੁੜਦਾ ਹੋਇਆ। ਚੱਲ ਵੀ ਗੱਬੜਾ ਪਾ ਕਬੱਡੀ ਖੇਡ ਮੈਦਾਨ ਦੇ ਵਿੱਚ ਦੂਸਰੇ ਪਾਸੇ ਨੌਜਵਾਨ ਵਾਧਦਾ ਹੋਇਆ ਰਮਣਾ ਨੌਜਵਾਨ ਵਾਧਦਾ ਹੋਇਆ ਖੇਡ ਮੈਦਾਨ ਦੇ ਵਿੱਚ। ਇੱਕ ਭਿੰਡਰਾ ਦੀ ਧਰਤੀ ਦਾ ਪੂਰੀ ਦੁਨੀਆਂ ਦੇ ਵਿੱਚ ਮਸ਼ਹੂਰ ਆ ਇੱਕ ਆਹ ਨੌਜਵਾਨ ਆਪਣੀ ਟੀਮ ਦੇ ਖਾਤੇ ਵਿੱਚ ਇੱਕ ਪੁਆਇੰਟ ਦਾ ਵਾਧਾ ਕਰਦਾ ਹੋਇਆ। ਚੱਲ ਵੀ ਰਾਜਿਆਣ ਪਾ ਕਬੱਡੀ ਖੇਡ ਮੈਦਾਨ ਵਿੱਚ ਤੇ ਆਉਂਦਾ ਹੈ ਸਵਾਦ ਪੰਜਾਬੀਆਂ ਨੂੰ ਕੌਡੀ ਵੇਖ ਕੇ ਜਦ ਕੋਈ ਧਾਵੀ ਰੇਡ ਪਾਉਂਦਾ
ਮੱਥਾ ਟੇਕ ਕੇ ਲੱਗ ਜਾਵੇ ਜਾਫਾ ਪੰਜਾਬੀ ਪੈਂਦੇ ਨੱਚ ਮਿੱਤਰੋ ਕੌਡੀ ਖੇੜੇ ਪੰਜਾਬੀਆਂ ਦੀ ਮਾਂ ਇਹ ਗੱਲ ਸੋਹਣੇ ਸੱਚ ਮਿੱਤਰੋ ਮਾਰੀ ਜਦੋਂ ਛਲਾਂਗ ਲਾ ਕੇ ਚੋਰ ਪੱਟਾ ਨਾਲ ਅੱਖ ਦੇ ਚਮਕੇ ਨਾਲ ਕਮਾਲ ਜਿਹਾ ਹੋ ਗਿਆ ਖੈਰੇ ਦਾ ਜਿੰਦੂ ਆਖੇ ਧਾਵੀ ਪੁਆਇੰਟ ਲੈ ਕੇ ਆ ਗਿਆ ਲੱਖ ਆ ਗਿਆ ਪੁਆਇੰਟ ਰਾਜਿਆਂ ਦੀ ਟੀਮ ਦੇ ਹਿੱਸੇ ਵਿੱਚ ਜੁੜਦਾ ਹੋਇਆ ਜਾਫੀਆਂ ਦੇ ਖਾਤੇ ਵਿੱਚ ਜੁੜਦਾ ਹੋਇਆ ਦੂਸਰੇ ਪਾਸੇ ਨੌਜਵਾਨ ਚਾਰ ਜਾਫੀ ਨੇ ਰਾਜਿਆਂ ਦੇ ਪਿੰਡ ਦੇ ਬਿੱਲੂ ਦਾ ਪਿੰਡ ਆ ਲੋ ਨੌਜਵਾਨ ਕੋਸ਼ਿਸ਼ ਕਰਦਾ ਹੋਇਆ ਜਗਤਾਰ ਸਿੰਘ ਦਾ ਵੱਡੇ ਨਾਂ ਆ ਸਿਆਸਤ ਦੇ ਵਿੱਚ ਦੂਸਰੇ ਪਾਸੇ ਪਰੀਆਂ ਹੋਈਆਂ ਬਗਲਾ ਨੌਜਵਾਨ ਜਾਫਾ ਲਾਉਣ ਦੀ ਪੂਰੀ ਕੋਸ਼ਿਸ਼ ਕਰਦਾ ਹੋਇਆ ਕਿ ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਕਾਬੂ ਨਾ ਛਾੜੇ ਖੇਤ ਪੁਰਜਾ ਪੁਰਜਾ ਕੱਟ ਮਰੇ ਕਾਬੂ ਨਾ ਛਾੜੇ ਖੇਤ ਦੂਸਰੇ ਪਾਸੇ ਮਾਂ ਖੇੜ ਕਬਾੜੀ ਦੇ ਫੈਸਲੇ ਲਿਆਕਤ ਅਲੀ ਬੇਲਾ ਤੇ ਜਸਵੀਰ ਭੈਣੀ ਦੀ ਧਰਤੀ ਦਾ ਫੌਜੀ ਦੋਨਾਂ ਦੀ ਜੋੜੀ ਪੂਰੀ ਦੁਨੀਆਂ ਦੇ ਵਿੱਚ ਮਸ਼ਹੂਰ ਆ ਕਿ ਹੱਥ ਵਿੱਚ ਫੜ ਕੇ ਤੱਕੜੀ ਫਿਰ ਘਟਨਾ ਕਿਸੇ ਨੂੰ ਤੋਲ ਗਏ ਜੀ ਹਰੇਕ ਦੀ ਪੱਤ ਦੇ ਪਾਈਏ ਪੜਦੇ ਉਹਦੀ ਪੱਤ ਨਾ ਕਿਸੇ ਕੋਲੇ ਫਰੁੱਲ ਗਏ ਜੀ ਜੇ ਕਿਸੇ ਦੀ ਮਦਦ ਕਰਨੀ ਹੋਵੇ ਉਹਦਾ ਭੇਤ ਨਾ ਕਿਸੇ ਕੋਲੇ ਖੋਲ ਗਏ ਜੀ ਕੀ ਪਤਾ ਝੋਲੀ ਵਿੱਚ ਸੁੱਤੇ ਲਾਲ ਹੋਣ ਮੰਦਾ ਕਿਸੇ ਫਕੀਰ ਨੂੰ ਨਾ ਬੋਲ ਗਏ ਜੀ ਮੰਦਾ ਕਿਸੇ ਫਕੀਰ ਨੂੰ ਨਾ ਬੋਲ ਗਏ ਜੀ ਦੂਸਰੇ ਪਾਸੇ ਨੌਜਵਾਨ ਰਾਜਿਆਂ ਦੇ ਪਿੰਡ ਦਾ ਸਰਜਣ ਵਾਧਾ ਹੋਇਆ ਖੇਡ ਮੈਦਾਨ ਦੇ ਵਿੱਚ ਸੋਹਣਾ ਮੈਚ ਖੇਡਿਆ ਜਾ ਰਿਹਾ ਤੇ ਦੋ ਨੌਜਵਾਨ ਦਾ ਟੈਗ ਲੱਗਦਾ ਹੋਇਆ ਤੇ ਉਹ ਪੁਆਇੰਟ ਧਾਵੀ ਦੇ ਖਾਤੇ ਜੁੜਦਾ ਹੋਇਆ ਚੱਲ ਵੀ ਨੌਜਵਾਨਾਂ ਪਾਕ ਕਬੱਡੀ ਖੇਡ ਮੈਦਾਨ ਦੇ ਵਿੱਚ ਨੌਜਵਾਨ ਵੱਧ ਕੇ ਬੋਲਦਾ ਹੋਇਆ ਧਾਵਾ ਲੋ ਵੱਡੀਆਂ ਲੱਗੀਆਂ ਹੋਈਆਂ ਰੌਣਕਾਂ ਖੇਡਾਂ ਵਿੱਚੋਂ ਖੇਡ ਕਬੱਡੀ ਸ਼ਾਨ ਪੰਜਾਬੀਆਂ ਦੀ ਇਸੇ ਵਿੱਚ ਹੀ ਵਸਦੀ ਲੋਕੋ ਜਾਣ ਪੰਜਾਬੀਆਂ ਦੀ ਵਿੱਚ ਮੈਦਾਨੀ ਪਿੰਡਾਂ ਹੁੰਦਾ ਕੰਮ ਦਲੇਰਾਂ ਦਾ ਖੇਡ ਕਬੱਡੀ ਖੇਡਣਾ ਸ਼ੌਂਕ ਪੰਜਾਬੀ ਸ਼ੇਰਾਂ ਦਾ ਚੱਲ ਵੀ ਗੱਭਰਗਾ ਪਾਕ ਕਬੱਡੀ ਖੇਡ ਮੈਦਾਨ ਵਿੱਚ ਕਪਾਹ ਦੀਆਂ ਫੁੱਟੀਆਂ ਵਰਗੀ ਨਿਕਲੀ ਹੋਈ ਤੋਪ ਦੂਸਰੇ ਪਾਸੇ ਮਿੱਠੀ ਮਿੱਠੀ ਸੂਰਜ ਦੇਵਤੇ ਦੀ ਲੋਹ ਲੋ ਕਬੱਡੀ ਪੈਂਦੀ ਖੇਡ ਮੈਦਾਨ ਵਿੱਚ ਕਿ ਹਾਜੋ ਫਤਿਹ ਨਸੀਬ ਤਿੰਨਾਂ ਨੂੰ ਜਿਹਨਾਂ ਹਿੰਮਤ ਯਾਰ ਬਣਾਈ ਹਾਜੋ ਫਤਿਹ ਨਸੀਬ ਤਿੰਨਾਂ ਨੂੰ ਜਿਹਨਾਂ ਹਿੰਮਤ ਯਾਰ ਬਣਾਈ ਪੂਰੀ ਦੁਨੀਆਂ ਦੇ ਵਿੱਚ ਇੱਕ ਇੱਕ ਕਬੱਡੀ ਦਿਖਾਈ ਜਾ ਰਹੀ ਆ ਪੰਜਾਬ ਲਾਈਵ 1.com ਦੇ ਜ਼ਰੀਏ ਪੰਜਾਬ ਦੇ ਵਿੱਚ ਇੱਕ ਨੰਬਰ ਦੀ ਵੈਬਸਾਈਟ ਬਣੀ ਹੋਈ ਆ ਦੂਸਰੇ ਪਾਸੇ ਨੌਜਵਾਨ ਡਰੋਲੀ ਭਾਈ ਵਾਲੇ ਸੱਜਣ ਪੁੱਜੇ ਹੋਏ ਆ ਤੇ ਨੌਜਵਾਨ ਖਿਲਾਰੀਆਂ ਹੋਈਆਂ ਬਾਹਾਂ ਚਾਰ ਯਾਫੀ ਕਰਨ ਸੁਲਾਹਾਂ ਯਾਰ ਖੁਰਾਕੀਆਂ ਖਾਧੀਆਂ ਦੇ ਆ ਕੌਡੀ ਕੌਡੀ ਕਰਦੇ ਫਿਰਦੇ ਪੁੱਤ ਪੰਜਾਬੀਆਂ ਦੇ ਲੱਖਾਂ ਜਾਂ ਪੁਆਇੰਟ ਧਾਵੀ ਦੇ ਖਾਤੇ ਜੁੜਦਾ ਹੋਇਆ ਦੂਸਰੇ ਪਾਸੇ ਰਮਣ ਨੌਜਵਾਨ ਖੇਡ ਮੈਦਾਨ ਵਿੱਚ ਰਾਜਿਆਂ ਦੇ ਪਿੰਡ ਦਾ ਵਾਧਾ ਹੋਇਆ ਮੋਗੇ ਦਾ ਏਰਗਾ ਕਿ ਘਰ ਦਾ ਜੋਗੀ ਸਿੱਧ ਨਹੀਂ ਹੁੰਦਾ ਬਾਹਰਲਾ ਸਿੱਧ ਕਹਾਉਂਦਾ ਏ ਕਾਮ ਜਾਪੀਆਂ ਵੇਖ ਜਮਾਨਾ ਕਿੱਥੋਂ ਸੁੱਖ ਮਨਾਉਂਦਾ ਏ ਲੰਘੇ ਆਣੀਆਂ ਜੋਧਿਆ ਚੋਭਾ ਲਾਉਂਦੇ ਥੱਕਦੇ ਨਹੀਂ
ਜਦ ਗੁੱਡੀ ਚੜ ਜੇ ਅੰਬਰੀ ਫਿਰ ਇਹੀ ਲੋਕ ਸਲਾਉਂਦੇ ਥੱਕਦੇ ਨੀ ਨਾਜਵਨ ਖੇਡ ਮੈਦਾਨ ਦੇ ਵਿੱਚ ਰਮਣ ਕਬਾੜੀ ਪਾ ਰਿਹਾ ਚਾਰ ਯਾਪੀ ਨੇ ਵੱਡੀ ਦੇਣ ਪੁਰਾਣੇ ਵਾਲੇ ਪਿੰਡ ਨੂੰ ਇਹਨਾਂ ਦੇ ਵੀਰਾਂ ਦੀ ਪ੍ਰਵਾਸੀ ਵੀਰਾਂ ਦੇ ਕਿ ਵਿੱਚ ਵਿਦੇਸ਼ਾ ਮਾਣ ਵਧਾਇਆ ਮਾਂ ਖੇਡ ਕਬੱਡੀ ਦਾ ਕਾਲੀਏ ਵਾਲਿਆ ਹਰ ਥਾਂ ਜਾ ਕੇ ਝੰਡਾ ਗੱਡੀ ਦਾ ਲੈ ਨਜ਼ਾਰੇ ਮਨਦੀਪ ਸਿਆ ਤੂੰ ਵੀ ਅਡਾਨਾ ਦੇ ਵਿੱਚ ਮੈਦਾਨੇ ਪਰਖੇ ਜਾਣੇ ਜੋਰ ਜਵਾਨਾਂ ਦੇ ਅਗਲੀ ਲੈਫਟ ਪ੍ਰੀਤਮ ਸਿਆ ਗਰਾਊਂਡ ਵਿੱਚ ਪੁੱਜਦੀ ਕਰਦੇ ਮੇਰੇ ਵੀਰ ਜਿਹੜੀ ਟੀਮ ਪੁੱਜਦੀ ਜਾ ਰਹੀ ਹੈ ਟੀ ਸ਼ਰਟ ਲਾ ਕੇ ਮੇਰੇ ਵੀਰ ਮੱਥਾ ਟੇਕ ਕੇ ਵੇਟ ਫਾਰ ਬੁਕਸ ਵਿੱਚ ਆਉਣਾ ਦੂਸਰੇ ਪਾਸੇ ਨੌਜਵਾਨ ਜੂਝਦੇ ਹੋਏ ਖੇਡ ਮੈਦਾਨ ਦੇ ਵਿੱਚ ਤੇ ਲੱਖਾਂ ਜਾਂ 65 ਜਾਫਰਾਂ ਦੇ ਖਾਤੇ ਵਿੱਚ ਜੁੜਦਾ ਹੋਇਆ ਚੱਲ ਵੀ ਨੌਜਵਾਨਾਂ ਪਾਕ ਕਬੱਡੀ ਖੇਡ ਮੈਦਾਨ ਦੇ ਵਿੱਚ ਨੌਜਵਾਨ ਵਾਧਾ ਹੋਇਆ ਮਹਿਣੀ ਦੀ ਧਰਤੀ ਮੋਗੇ ਦੇ ਹਿਰਗਾ ਜਸਵੀਰ ਦਾ ਪਿੰਡ ਆ ਨੌਜਵਾਨ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਤੇ ਚਾਰ ਯਾਫੀ ਨੇ ਕਿਹੜਾ ਨੌਜਵਾਨ ਡੱਕਣ ਦੀ ਗੱਲ ਕਰੇਗਾ ਰੱਖਣ ਦੀ ਗੱਲ ਹੋਵੇਗੀ ਕਿ ਲੜ ਲਾ ਕੇ ਗੁਰੂ ਦੇ ਦਾ ਪੇ ਸਿੱਖਣੇ ਪੈਂਦੇ ਨੇ ਰਹਿਣਾ ਪੈਂਦਾ ਉਹਨਾਂ ਅਸੂਲਾਂ ਤੇ ਜਿਹੜੇ ਕੋਚ ਨੇ ਕਹਿੰਦੇ ਨੇ ਜ਼ਰੂਰੀ ਹੈ ਖਿਡਾਰੀ ਲਈ ਪਿਆਰ ਸਤਿਕਾਰ ਮਿੱਤਰੋ ਕਬੱਡੀ ਦਾ ਸਟਾਰ ਮਿੱਤਰੋ ਕੈਮਰੇ ਫੋਰਸ ਨੇ ਜਸ ਦਾ ਕੈਮਰਾ ਕੱਲੀ ਕੱਲੀ ਕਬੱਡੀ ਆਪਣੇ ਕੈਮਰੇ ਵਿੱਚ ਕੈਦ ਕਰਦਾ ਹੋਇਆ ਜੋਰ ਡਿਜੀਟਲ ਸੂਟਗਲੇ ਵੀਰਾਂ ਦਾ ਪੁਰਾਣੇ ਵਾਲੇ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਇਹਨਾਂ ਸਾਰੇ ਸੱਜਣਾਂ ਦਾ ਦੂਸਰੇ ਪਾਸੇ ਨੌਜਵਾਨ ਚਾਰ ਯਾਫੀ ਨੇ ਨੌਜਵਾਨ ਗਾਜੀਪੁਰ ਦੇ ਲਖੇ ਵਾਂਗੂ ਛਲਾਂਗ ਲਾਉਂਦਾ ਹੋਇਆ ਤੇ ਪੁਆਇੰਟ ਧਾਵੀ ਦੇ ਖਾਤੇ ਵਿੱਚ ਜੁੜਦਾ ਹੋਇਆ ਕਿ ਤਾੜੀਆਂ ਵੱਜੀਆਂ ਤੋਂ ਪਤਾ ਲੱਗ ਜਾਂਦਾ ਜਦੋਂ ਯਾਫੀ ਰੇਡਰ ਦੇ ਪੱਟਾਂ ਵਿੱਚ ਵੜ ਜਾਂਦਾ ਹੈਲੋ ਹੈਲੋ ਬਾਈ ਅਗਲੇ ਮੈਚ ਦੀ ਕਮੈਂਟਰੀ ਹਰਦੀਪ ਕੋਕਰੀ ਕਰੇਗਾ ਮੇਰਾ ਵੀਰ ਸਾਡੀ ਜ਼ਿੰਦਗੀ ਦਾ ਪਰਮ ਮਿੱਤਰ ਆ ਬਹੁਤ ਹੀ ਸਤਿਕਾਰਯੋਗ ਵੀਰ ਹਰਦੀਪ ਕੋਕਰੀ ਵਾਲਾ ਸੋਹਣੇ ਬੋਲ ਬੋਲਦਾ ਉਹ ਵੀ ਮਾਖੜ ਕਬਾੜੀ ਦੀ ਬਾਹਰ ਪਾਵੇਗਾ ਇਸ ਇਲਾਕੇ ਦਾ ਮਾਣ ਆ ਮੇਰੇ ਵੀਰ ਹਰਦੀਪ ਕੋਕਰੀ ਵਾਲਾ ਮਹਿਕ ਤੇ ਅਗਲੀਆਂ ਕਬੱਡੀਆਂ ਪਾਵੇਗਾ ਜਲਦੀ ਨਾਲ ਕੱਪੜੇ ਉਤਾਰ ਕੇ ਖੇਡ ਦੇ ਮੈਦਾਨ ਦੇ ਵੱਲ ਪਹੁੰਚਿਆ ਬੁੱਟਰ ਤੇ ਬਲਖੰਡੀ ਚਗਾਵਾਂ ਦੇ ਜਖੇਪੜ ਟੀਮਾਂ ਕਰ ਤਿਆਰੀਆਂ ਖੇਡ ਦੇ ਮੈਦਾਨ ਦੇ ਵੱਲ ਪਹੁੰਚਣਗੀਆਂ ਮੈਂ ਰੰਗਲੇ ਪੰਜਾਬ ਦੀ ਸਿਫਤ ਸੁਣਾਵਾਂ ਤੇ ਜਿੱਥੇ ਰੱਬ ਵਰਗੀਆਂ ਮਾਵਾਂ ਧਰਤੀ ਪੰਜ ਦਰਿਆ ਦੀ ਰਾਣੀ ਤੇ ਜਿਸ ਦਾ ਸ਼ਰਬਤ ਵਰਗਾ ਪਾਣੀ ਮੈਂ ਰੰਗਲੇ ਪੰਜਾਬ ਦੀ ਸਿਫਤ ਸੁਣਾਵਾਂ ਹਾਂਜੀ ਲੰਗਰ ਜਿਹੜਾ ਗੁਰੂ ਦਾ ਖੁੱਲਾ ਵਰਤ ਰਿਹਾ ਜਿਹੜੇ ਵੀਰ ਨੂੰ ਵੀ ਲੋੜ ਹੈ ਛਕ ਸਕਦੇ ਹੋ ਮੇਰੀ ਬੇਨਤੀ ਚਗਾਮਾ ਤੇ ਜਖੇਪਲ ਬੁੱਟਰ ਤੇ ਬਲਖੰਡੀ ਦੁਸਾਂਝ ਭਾਈ ਤੇ ਚੂੜਚੱਕ ਕੋਕਰੀ ਹੇਰ ਬੀ ਤੇ ਰਾਮੂ ਵਾਲਾ ਪੁਰਾਣੇ ਵਾਲਾ ਬੀ ਤੇ ਰਾਜੇਣਾ ਜਗਰਾਓ ਤੇ ਜਿਹੜਾ ਮੈਚ ਹੋ ਗਿਆ ਇਹਨਾਂ ਦੇ ਵਿੱਚ ਜੇਤੂ ਟੀਮ ਨੇ ਖੇਡਣਾ ਹੈ ਇਸ ਵੇਲੇ ਖੇਡ ਦੇ ਮੈਦਾਨ ਦੇ ਵਿੱਚ ਮੈਚ ਜਿਹੜਾ ਸ਼ੁਰੂ ਹੋਣ ਜਾ ਰਿਹਾ ਖੇਡ ਕਬੱਡੀ ਦਾ ਕਿ ਚੱਲ ਵੇਲੇ ਨੂੰ ਚੱਲੀਏ ਪਾ ਲੈ ਗੇਰ ਤੋਂ ਗੱਡੀ ਦਾ ਪੁਰਾਣੇ ਵਾਲੇ ਦੀ ਧਰਤੀ ਤੇ ਅੱਜ ਮੇਲਾ ਲੱਗਿਆ ਖੇਡ ਕਬੱਡੀ ਦਾ ਪੂਰੇ ਪੰਜਾਬ ਦੀ ਥੋੜੇ ਜਿਹੇ ਸਮੇਂ ਦੇ ਵਿੱਚ ਬਣ ਗਈ ਪਾਪੂਲਰ ਵੈਬਸਾਈਟ ਪੰਜਾਬ live1.com ਦੇ ਜ਼ਰੀਏ ਅੱਜ ਕੱਲੀ ਕੱਲੀ ਕਬੱਡੀ ਜਾ ਰਹੀ ਹੈ ਪੂਰੀ ਦੁਨੀਆ ਭਰ ਦੇ ਵਿੱਚ ਔਰ ਸਮੁੱਚੀ ਪੈਰਾਮਾਊਂਟ ਸਪੋਰਟਸ ਕਬੱਡੀ ਕਲੱਬ ਪੁਰਾਣੇ ਵਾਲਾ ਜੀਆਂ ਆਖ ਰਹੀ ਹੈ ਪੁੱਜੇ ਸਾਰੇ ਰੱਬ ਵਰਗੇ ਦਰਸ਼ਕ ਵੀਰਾਂ ਨੂੰ ਪੁੱਜੇ ਸਾਰੇ ਖਿਡਾਰੀ ਵੀਰਾਂ ਨੂੰ
ਤੇ ਗੱਲਾਂ ਖੇਡ ਕਬੱਡੀ ਦੀਆਂ, ਕਬੱਡੀ 70 ਕਿਲੋ ਭਾਰ ਦੇ ਵੀ ਦੁਨੀਆ ਭਰ ਦੇ ਟੌਪ ਦੇ ਪਲੇਅਰ ਪੁੱਜ ਰਹੇ ਆ। ਤੇ ਅੱਜ ਗੱਲ ਕਰਨੀ ਆ ਖੇਡ ਕਬੱਡੀ ਦੀ ਕਿ ਦੇਖੀ ਘੁੰਮ ਕੇ ਮੈਂ ਭਾਵੇਂ ਸਾਰੀ ਦੁਨੀਆ ਤੇ ਰੋਟੀ ਮਿਲੀ ਨੀ ਪੰਜਾਬ ਦੇ ਤੰਦੂਰ ਵਰਗੀ ਲੱਕ ਮਾਰਦੀਆਂ ਜੁੱਤੀਆਂ ਅਨੇਕ ਨੇ ਬਣਾਉਂਦੇ, ਕਦੇ ਕੱਢੀ ਜੁੱਤੀ ਮਿਲੀ ਨੀ ਕਸੂਰ ਵਰਗੀ। ਜਾਫੀ ਖੇਡਦੇ ਅਨੇਕਾਂ ਹੀ ਪੰਜਾਬ ਵਿੱਚ ਦੇਖੇ ਤੇ ਜਾਫ ਦੇਖੀ ਨਹੀਂ ਉਹ ਇੱਕ ਮਹਠੂਰ ਵਰਗੀ। ਲੱਖਾਂ ਬੈਠੇ ਪ੍ਰਮੋਟਰ ਵਿਦੇਸ਼ਾਂ ਵਿੱਚ ਜਾ ਕੇ, ਗੱਲ ਬਣੀ ਨਹੀਂ ਉਹ ਜਲੰਧਰ ਸਿੱਧੂ ਅਤੇ ਮੇਜਰ ਭਲੂਰ ਵਰਗੀ। ਲੰਘਿਆਣੀਆਂ ਬੇਅੰਤ ਤੂੰ ਵੀ ਲਿਖਦਾ ਹੋਵੇਗਾ, ਕਲਮ ਲੱਭਣੀ ਨੀ ਰਾਜੂ ਦਾਹੂ ਵਰਗੀ। ਹਰਦੀਪ 70 ਦੀਆਂ ਟੀਮਾਂ ਨੂੰ ਆਵਾਜ਼ ਦੇ ਵੀ ਜਿਹੜੀਆਂ ਟੀਮਾਂ ਆਈਆਂ ਐਂਟਰ ਹੋਣ ਨਾਲ ਹੀ। ਕਬੱਡੀ 70 ਕਿਲੋ ਭਾਰ ਦੀਆਂ ਜਿੰਨੀਆਂ ਵੀ ਟੀਮਾਂ ਆਈਆਂ, ਜਿੰਨੇ ਵੀ ਪਲੇਅਰ ਪੁੱਜੇ ਨੇ, ਆਪ ਆਪਣੇ ਨਾਂ ਸਾਡੇ ਪ੍ਰਬੰਧਕ ਵੀਰਾਂ ਦੇ ਕੋਲ ਲਿਖਵਾ ਦੇਣ। ਕਬੱਡੀ 70 ਕਿਲੋ ਭਾਰ ਦੀਆਂ ਜਿੰਨੀਆਂ ਵੀ ਟੀਮਾਂ ਆਈਆਂ, ਪੁਰਾਣੇ ਵਾਲਾ ਤੇ ਲੰਡੇ ਕੇ ਪਿੰਡ ਦੀਆਂ ਟੀਮਾਂ ਦੇ ਦਰਮਿਆਨ ਇਸ ਵੇਲੇ ਕਬੱਡੀ 60 ਕਿਲੋ ਭਾਰ ਦਾ ਜਿਹੜਾ ਮੈਚ ਖੇਡਿਆ ਜਾਣਾ। ਇਸ ਤੋਂ ਬਾਅਦ ਬੁੱਟਰ ਤੇ ਬਲਖੰਡੀ, ਚਗਾਮਾ ਤੇ ਜਖੇਪੜ, ਦਸਾਂਝ ਭਾਈ ਤੇ ਚੂੜਚੱਕ ਪਿੰਡ ਦੀਆਂ ਟੀਮਾਂ ਨੂੰ ਮੇਰੀ ਬੇਨਤੀ ਹੈ, ਗੱਭਰੂ ਵਾਰੋ ਵਾਰ ਟੀਮਾਂ ਕਰਕੇ ਤਿਆਰੀਆਂ ਖੇਡ ਦੇ ਮੈਦਾਨ ਦੇ ਵੱਲ ਨੂੰ ਪੁੱਜਣਗੀਆਂ ਕਿ ਪੰਛੀ ਭਰਦੇ ਨੇ ਉਡਾਰੀ ਜਿਵੇਂ ਅਸਮਾਨਾਂ ਵਿੱਚ, ਉਵੇਂ ਭਰਦੇ ਨੇ ਉਡਾਰੀ ਖਿਡਾਰੀ ਮੈਦਾਨਾਂ ਵਿੱਚ, ਤੇ ਪਰਖੇ ਜਾਣੇ ਆ ਜ਼ੋਰ ਜਵਾਨਾਂ ਵਿੱਚ। ਅੱਜ ਸਾਰਿਆਂ ਦੇ ਸਾਹਮਣੇ ਚੰਨ ਵਾਂਗੂ ਚਮਕੂਗਾ ਕਿਹੜਾ, ਅੱਜ ਤਾਰਿਆਂ ਦੇ ਸਾਹਮਣੇ ਸਾਡੇ ਵੀ ਸੋਨੀ ਸਵਦੀ ਹੋਣੀ ਸੋਨੀ ਦਾਦਰੋਣੀ ਬੈਠੇ ਨੇ, ਬੈਰੋ ਕੇ ਪਰਦਾ ਤਾਨਾ ਬੈਠਾ, ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਐਡਮੈਂਟਰ ਵਾਲੇ ਸਾਡੇ ਵੀਰ ਬਦਰੀ ਦੇ ਰਾਜ ਹੋਣੀ, ਅੱਜ ਪੰਜਾਬ ਲਾਈਵ 1.com ਦੇ ਜ਼ਰੀਏ ਕੱਲੀ ਕੱਲੀ ਕਬੱਡੀ ਨੂੰ ਤੱਕ ਰਹੇ ਨੇ, ਸਵਾਦ ਲਿਆ ਜਾ ਰਿਹਾ ਪੁਰਾਣੇ ਵਾਲ ਦੇ ਇਸ ਕਬੱਡੀ ਦੇ ਟੂਰਨਾਮੈਂਟ ਦਾ। ਮੇਰੇ ਵੀਰੋ, ਮਾਲਵੇ ਦੀ ਧਰਤੀ ਹੈ, ਜ਼ਿਲ੍ਹੇ ਮੋਗੇ ਦਾ ਪ੍ਰਸਿੱਧ ਪਿੰਡ ਹੈ, ਪੰਜਾਬ ਦੇ ਪੂਰੇ 12,000 ਤੇ 778 ਪਿੰਡਾਂ ਦੇ ਵਿੱਚੋਂ ਅੱਜ ਗੱਲ ਕਰਨੀ ਹੈ ਪਿੰਡ ਪੁਰਾਣੇ ਵਾਲ ਦੀ। ਦੁਨੀਆ ਭਰ ਦੇ ਟੌਪ ਦੇ ਪਲੇਅਰ ਇਸ ਧਰਤੀ ਨੇ ਪੈਦਾ ਕੀਤੇ ਹੈ, ਵੱਡਾ ਨਾਂ ਕੀਤਾ ਸਾਡੇ ਵੀਰ ਨਿੱਕੇ ਨੇ ਇਸ ਪਿੰਡ ਦਾ, ਪ੍ਰੀਤਮ ਵਰਗੇ। ਮੇਰੇ ਵੀਰੋ, ਆਪ ਆਪਣੇ ਸਮੇਂ ਦੇ ਮੁਤਾਬਕ ਇਸ ਧਰਤੀ ਨੇ ਦੁਨੀਆ ਭਰ ਦੇ ਟੌਪ ਦੇ ਪਲੇਅਰ ਪੈਦਾ ਕੀਤੇ ਹੈ। ਤੇ ਗੱਲ ਕਰਨੀ ਹੈ ਵੱਖੋ ਵੱਖਰੇ ਪਿੰਡਾਂ ਦੀ ਕਿ ਦੇਵੀ ਦਿਆਲ ਕੋਬਿਆਂ ਦਾ ਮੱਖਣ ਤਿੜਕਦਾ, ਸਿੱਧਵਾਂ ਦੇ ਚੈਨੇ ਦਾ ਵੀ ਨਾਂ ਪੂਰਾ ਵਿਕਦਾ, ਪੱਤੋ ਵਾਲੇ ਸਾਧੂ ਦਾ ਵੀ ਨਾਂ ਪੂਰਾ ਵਿਕਦਾ, ਜਿਹੜੇ ਰੱਖਦੇ ਨੇ ਉੱਚੀ ਸੁੱਚੀ ਸੋਚ। ਮਿੱਤਰੋ, ਪਹਿਲਾਂ ਖੇਡਦੇ ਸੀ ਕੌਡੀ ਹੁਣ ਗੋਚ, ਮਿੱਤਰੋ ਪਹਿਲਾਂ ਖੇਡਦੇ ਸੀ ਕੌਡੀ ਹੁਣ ਗੋਚ। ਮਿੱਤਰੋ, ਲੰਡੇ ਕੇ ਪਿੰਡ ਕਹਿੰਦੇ ਇਕਬਾਲ ਸਿੰਘ ਕਾਲੇ ਦਾ ਪਿੰਡ ਹੈ, ਕਰਮਪਾਲ ਸਿੱਧੂ ਦਾ ਪਿੰਡ ਹੈ, ਤੇ ਪੁਰਾਣੇ ਵਾਲਾ ਪਿੰਡ ਕਹਿੰਦੇ ਪਰਮਗਿੱਲ ਦਾ ਪਿੰਡ ਹੈ, ਜਾ ਵਸੇ ਮਨਜੀਤ ਗਿੱਲ ਹੋਣੀ, ਤੇ ਕੈਨੇਡਾ ਦੇ ਵਿੱਚ ਕਹਿੰਦੇ ਵੱਡੇ ਬਿਜ਼ਨਸ ਇਹਨਾਂ ਭਰਾਵਾਂ ਦੇ। ਅੱਜ ਉਹਨਾਂ ਵੀਰਾਂ ਦਾ ਪਿੰਡ ਹੈ, ਨਿੱਕੇ ਦਾ ਪਿੰਡ ਹੈ, ਪ੍ਰੀਤਮ ਦਾ ਪਿੰਡ ਹੈ, ਸਾਡੇ ਵੀਰ ਮਨਜਿੰਦਰ ਹੋਣੀ ਸ਼ਿੰਦੇ ਹੋਣੀ ਦੁਨੀਆ ਭਰ ਦੇ ਟਾਪ ਦੇ ਪਲੇਅਰ ਇਸ ਧਰਤੀ ਨੇ ਪੈਦਾ ਕੀਤੇ ਹੈ। ਉਗੀਆਂ ਮਹਾਨ ਸ਼ਖਸੀਅਤਾਂ ਬੈਠੀਆਂ ਇਸ ਵੇਲੇ ਸਟੇਜ ਦੇ ਉੱਪਰ, ਵੱਡਾ ਧੰਨਵਾਦ ਹੈ ਸਾਰੇ ਸਤਿਕਾਰਯੋਗ ਵੀਰਾਂ ਦਾ, ਜਿਹੜੇ ਵੀਰਾਂ ਨੇ ਆਪਣੀ ਦਸਾਂ ਨੂੰ ਦੀ ਕਿਰਤ ਕਮਾਈ ਦੇ ਵਿੱਚੋਂ ਵੱਡੇ ਮੇਰੇ ਵੀਰੋ ਮਾਇਆ ਦੇ ਗੱਫੇ ਦੇ ਕੇ ਨਵਾਜਿਆ ਇਸ ਖੇਡ ਕਬੱਡੀ ਦੇ ਟੂਰਨਾਮੈਂਟ ਨੂੰ। ਔਰ ਵੱਡੇ ਜਿਹੜੇ ਇਨਾਮ ਦੇ ਉੱਤੇ ਜਾਣੇ 51,000 ਤੇ 31,000 ਰੁਪਏ ਦੀ ਗੱਲ ਕਰਾਂਗੇ, ਜਿੱਥੇ ਕੱਲ ਨੂੰ 40 ਸਾਲੇ ਗੱਭਰੂਆਂ ਦੀ ਕਬੱਡੀ ਦੀ ਗੱਲ ਕਰਨੀ ਹੈ। ਪੰਜਾਬ ਦੇ ਦੁਨੀਆ ਭਰ ਦੇ ਟੌਪ ਦੇ ਪਲੇਅਰ ਪੁੱਜਣੇ ਹੈ ਮੇਰੇ ਵੀਰੋ, ਦੁਨੀਆ ਭਰ ਦੇ ਮਹਾਨ ਕਬੱਡੀ ਦੇ ਖਿਡਾਰੀਆਂ ਦੀ ਗੱਲ ਕਰਨੀ ਹੈ ਕਿ ਮਿਹਨਤਾਂ ਤੋਂ ਬਿਨਾਂ ਕੋਈ ਮਹਾਨ ਹੁੰਦਾ ਨਹੀਂ, ਗੁਰੂ ਬਿਨਾਂ ਜੋਧਿਆ ਗਿਆਨ ਹੁੰਦਾ ਨਹੀਂ। ਅੱਜ ਨਾ ਬਣੇ ਤੇ ਕਦੇ ਕੱਲ ਨਾ ਬਣੇ, ਬਈ ਦਾ ਪਿੱਚ ਸਿੱਖੇ ਬਿਨਾਂ ਗੱਲ ਨਾ ਬਣੇ, ਬਈ ਦਾ ਪਿੱਚ ਸਿੱਖੇ ਬਿਨਾਂ ਗੱਲ ਨਾ ਬਣੇ। ਗੱਲ ਦਾ ਪਿੱਚਾਂ ਦੀ ਹੈ ਮੇਰੇ ਵੀਰੋ, ਕਹਿੰਦੇ ਦਾ ਪਿੱਚਾਂ ਦੀ ਖੇਡ ਕਬੱਡੀ ਹੈ, ਮਿਹਨਤਾਂ ਮੁਸ਼ਕਤਾਂ ਦੀ ਖੇਡ ਕਬੱਡੀ ਹੈ, ਕਬੱਡੀ ਜੋਸ਼ ਦੀ ਹੈ, ਕਬੱਡੀ ਹੋਸ਼ ਦੀ ਹੈ, ਕਬੱਡੀ ਤਕਨੀਕ ਦੀ ਹੈ, ਕਬੱਡੀ ਹੱਲੇ ਦੀ ਹੈ, ਤੇ ਚੌਹਾਂ ਵਿੱਚੋਂ ਕੱਲੇ ਨਾਲ ਕੱਲੇ ਦੀ ਕਬੱਡੀ ਹੈ। ਗੱਲ ਸਮੇਂ ਦੀ ਕਰਨੀ ਹੈ, ਲਾ ਇਸ ਵੇਲੇ ਲੰਡੇ ਕੇ ਤੇ ਪੁਰਾਣੇ ਵਾਲ ਦੀਆਂ ਟੀਮਾਂ ਬਿਲਕੁਲ ਤਿਆਰ ਨੇ, ਇਸ ਤੋਂ ਬਾਅਦ ਬੁੱਟਰ ਤੇ ਬਲਖੰਡੀ ਪਿੰਡ ਆਉਣਗੇ, ਚਗਾਮਾ ਤੇ ਜਖੇਪਣ, ਦਸਾਂਝ ਭਾਈ ਤੇ ਚੂੜਚੱਕ ਕੋਕਰੀ ਹੇਰ ਬੀਤੇ,
ਰਾਮੂ ਵਾਲਾ ਖੇਡਣਗੇ, ਪੁਰਾਣੇ ਵਾਲਾ ਬੀ ਤੇ ਰਾਜੇ ਹਨ। ਜਗਰਾਓ ਨੇ ਇਹਨਾਂ ਦੇ ਵਿੱਚੋਂ ਜੇਤੂ ਨਾਲ ਖੇਡਣਾ ਹੈ। ਕੱਲੀ ਕੱਲੀ ਕਬੱਡੀ ਪੂਰੀ ਦੁਨੀਆਂ 'ਚ ਦਿਖਾਈ ਜਾ ਰਹੀ ਹੈ ਤੇ ਵੈਲਕਮ ਸਾਊਂਡ ਜੀਰੇ ਵਾਲਿਆਂ ਦੀ ਬੁਲੰਦ ਆਵਾਜ਼ ਪੂਰੀ ਦੁਨੀਆਂ ਭਰ ਦੇ ਵਿੱਚ ਆ ਰਹੀ ਹੈ। ਵੱਡੇ ਧੰਨਵਾਦ ਨੇ ਸਾਰੇ ਪੁੱਜੇ ਹੋਏ ਖਿਡਾਰੀ ਵੀਰਾਂ ਦਾ, ਵੱਡਾ ਧੰਨਵਾਦ ਹੈ ਸਾਰੇ ਪੁੱਜੇ ਹੋਏ ਸਤਿਕਾਰਯੋਗ ਵੀਰ ਮੇਰੇ ਵੀਰੋ, ਸਾਰੇ ਦਾਨੀ ਸੱਜਣ ਭਰਾਵਾਂ ਦੇ ਵੱਡੇ ਧੰਨਵਾਦ ਨੇ ਮੇਰੇ ਵੀਰੋ, ਜਿਨ੍ਹਾਂ ਨੇ ਵੱਡੇ ਮਾਇਆ ਦੇ ਗੱਫੇ ਦੇ ਕੇ ਨਵਾਜਿਆ। ਬਹੁਤ ਬਹੁਤ ਧੰਨਵਾਦ ਨੇ ਸਾਰੇ ਹੀ ਸਤਿਕਾਰਯੋਗ ਵੀਰਾਂ ਦੇ, ਜਿੱਥੇ ਕਬੱਡੀ 60 ਕਿਲੋ ਅਤੇ ਕਬੱਡੀ 70 ਕਿਲੋ ਭਾਰ ਦੀਆਂ ਜਿਹੜੀਆਂ ਗੱਲਾਂ ਕਰਨੀਆਂ ਮੇਰੇ ਵੀਰੋ, ਪੂਰਾ ਜਿਹੜਾ ਨਾਲ ਹੀ ਕਬੱਡੀ 70 ਕਿਲੋ ਭਾਰ ਦੇ ਜਿਹੜੀਆਂ ਪਹਿਲੀਆਂ 25 ਟੀਮਾਂ ਐਂਟਰ ਕੀਤੀਆਂ ਜਾਣੀਆਂ ਤੇ 20 ਟੀਮਾਂ ਐਂਟਰ ਹੋ ਚੁੱਕੀਆਂ, 5 ਕੁ ਟੀਮਾਂ ਦਾ ਇੰਤਜ਼ਾਰ ਹੈ। ਪਹਿਲੀਆਂ 25 ਟੀਮਾਂ ਐਂਟਰ ਕੀਤੀਆਂ ਜਾਣੀਆਂ ਕਬੱਡੀ 70 ਕਿਲੋ ਭਾਰ ਦੀਆਂ, ਬਾਅਦ ਦੇ ਵਿੱਚ ਜਿਹੜੀ ਕੋਈ ਟੀਮ ਐਂਟਰ ਨਹੀਂ ਕੀਤੀ ਜਾਣੀ, ਟੀਮਾਂ ਸਿਰਫ ਅੱਜ ਹੀ ਐਂਟਰ ਕਰਨੀ ਹੈ। ਕਬੱਡੀ 70 ਕਿਲੋ ਭਾਰ ਦੀਆਂ ਪਹਿਲੀਆਂ 25 ਕੁ ਟੀਮਾਂ ਜਿਹੜੀਆਂ ਐਂਟਰ ਕੀਤੀਆਂ ਜਾਣੀਆਂ ਤੇ 20 ਟੀਮਾਂ ਐਂਟਰ ਹੋ ਚੁੱਕੀਆਂ। ਸਾਡੇ ਵੀ ਥਾਣਾ ਗਿੱਲ ਜੀ ਔਰ ਨੋਨਾ ਗਿੱਲ ਤੇ ਨਿੱਕੇ ਗਿੱਲ ਓੜੀ ਸਾਡੇ ਵੀਰ ਉਹ punjablive1.com ਦੇ ਜ਼ਰੀਏ ਆਨੰਦ ਮਾਣ ਰਹੇ ਨੇ ਇਹਨਾਂ ਮੈਚਾਂ ਦਾ। ਪੁਰਾਣੇ ਵਾਲੀ ਇਹ ਕਹਿੰਦੇ ਵੀ ਜਾਫੀ ਜਿੰਨੇ ਜੱਫੇ ਲਾਉਣਗੇ ਹਰ ਇੱਕ ਜੱਫੇ ਤੇ 100-100 ਰੁਪਏ ਦੇ ਨੋਟ ਦਿੱਤੇ ਜਾਣੇ ਇਹਨਾਂ ਵੀਰਾਂ ਵੱਲੋਂ। ਵੱਡਾ ਧੰਨਵਾਦ ਹੈ ਜਿੱਥੇ ਕਬੱਡੀ ਓਪਨ ਲਈ ਪੂਰਾ 51,000 ਦਿੱਤਾ ਜਾਣਾ ਹੈ ਤੇ 31,000 ਰੁਪਇਆ ਸੈਕਿੰਡ ਪ੍ਰਾਈਜ਼ ਹੋਵੇਗਾ ਕਬੱਡੀ ਓਪਨ ਦਾ। ਦੂਸਰਾ ਸਾਲ ਅਤੇ ਪਹਿਲਾ ਦਿਨ ਹੈ ਗੱਲਾਂ ਖੇਡ ਕਬੱਡੀ ਦੀਆਂ। ਇਸ ਵੇਲੇ ਮੈਚ ਜਿਹੜਾ ਸ਼ੁਰੂ ਹੋਣ ਜਾ ਰਿਹਾ ਲੰਡੇਗੇ ਤੇ ਪੁਰਾਣੇ ਵਾਲ ਪਿੰਡ ਦੀਆਂ ਟੀਮਾਂ ਦੇ ਦਰਮਿਆਨ ਖੇਡ ਦੇ ਮੈਦਾਨ ਦੇ ਵਿੱਚ। ਖੇਡ ਖੇਡਾਂ ਵਿੱਚੋਂ ਵੱਡੀ ਜੀ ਨੂੰ ਆਖ ਦੇ ਕਬੱਡੀ ਤੇ ਖੇਡੀ ਜਾਂਦੀ ਜਿਹੜੀ ਲਾ ਕੇ ਪੂਰਾ ਤਾਣ ਮਿੱਤਰੋ, ਕਬੱਡੀ ਭੰਗੜਾ ਪੰਜਾਬੀਆਂ ਦੀ ਸ਼ਾਨ ਮਿੱਤਰੋ, ਕਬੱਡੀ ਭੰਗੜਾ ਪੰਜਾਬੀਆਂ ਦੀ ਸ਼ਾਨ ਮਿੱਤਰੋ, ਪੰਜਾਬੀਆਂ ਦੀ ਜਿੰਦ ਜਾਨ ਹੈ ਖੇਡ ਕਬੱਡੀ ਤੇ ਪੰਜਾਬੀਆਂ ਦੀ ਮਹਿਬੂਬ ਖੇਡ ਕਬੱਡੀ ਹੈ। ਸਮੁੱਚੀ ਸਪੋਰਟਸ ਕਲੱਬ ਦੀ 2-3 ਮਹੀਨਿਆਂ ਦੀ ਅਣਥਕ ਮਿਹਨਤ ਅੱਜ ਰੰਗ ਲਿਆ ਰਹੀ ਹੈ ਮੇਰੇ ਵੀਰੋ। ਕਬੱਡੀ 60 ਕਿਲੋ ਤੇ 70 ਕਿਲੋ ਭਾਰ ਦੇ ਬੜੇ ਵਧੀਆ ਮੈਚ ਜਿਹੜੇ ਤੁਹਾਡੀ ਨਜ਼ਰ ਨੇ। ਇਸ ਤੋਂ ਅਗਲੇ ਮੈਚ ਦੇ ਲਈ ਬੁੱਟਰ ਤੇ ਬਲਖੰਡੀ ਬਿਨਾਂ ਕਿਸੇ ਦੇਰੀ ਦੇ ਟੀਮਾਂ ਪਹੁੰਚਣਗੀਆਂ। ਨਾਲ ਹੀ ਚਗਾਵਾਂ ਤੇ ਜਖੇਪਲ, ਦੁਸਾਂਝ ਭਾਈ ਤੇ ਚੂੜਚਾ ਕੋਕਰੀ, ਹੇਰ ਵੀਰ ਤੇ ਰਾਮੂ ਵਾਲਾ ਆਰ ਪੁਰਾਣੇ ਵਾਲਾ ਵੀਰ ਤੇ ਰਾਜੇ ਹੋਣਾ ਜਗਰਾਓ ਤੇ ਇਹਨਾਂ ਚੋਂ ਜੇਤੂ ਨੇ ਖੇਡਣਾ। ਇਹ ਟੀਮਾਂ ਬਿਨਾਂ ਕਿਸੇ ਦੇਰੀ ਦੇ ਖੇਡ ਦੇ ਮੈਦਾਨ ਦੇ ਵੱਲ ਨੂੰ ਪਹੁੰਚਣਗੀਆਂ। ਨਾਲ ਹੀ ਬਾਹਰੋਂ ਜਿਹੜੇ ਫੋਨ ਆ ਰਹੇ ਨੇ ਸਰਦਾਰ ਨਿਰਮਲ ਸਿੰਘ ਜੀ ਬੱਬੂ ਕੈਨੇਡਾ, ਉਹ ਵੀ punjablive1.com ਦੇ ਜ਼ਰੀਏ ਅੱਜ ਇਹਨਾਂ ਮੈਚਾਂ ਦਾ ਲਾਈਵ ਟੈਲੀਕਾਸਟ ਦੇਖ ਰਹੇ ਨੇ ਵੀਰ। ਵੱਡਾ ਧੰਨਵਾਦ ਹੈ, ਵੱਡੇ ਧੰਨਵਾਦ ਕਰ ਰਹੀ ਹੈ ਸਮੁੱਚੀ ਪੈਰਾਮਾਊਂਟ ਸਪੋਰਟਸ ਕਲੱਬ। ਸਾਡੇ ਬਾਹਰ ਬੈਠੇ
ਐਨ ਆਰ ਆਈ ਸੱਜਣਾ ਦੇ ਕਿ ਪ੍ਰਵਾਸੀ ਪੰਜਾਬੀ ਭਰਾਵਾਂ ਨੇ ਪੰਜਾਬ ਦੀ ਜਵਾਨੀ ਹੈ ਬਚਾਤੀ, ਕੱਖਾਂ ਦੀ ਸੀ ਖੇਡ ਜਿਹੜੀ ਲੱਖਾਂ ਦੀ ਬਣਾਤੀ, ਇਸ ਖੇਡ ਨੇ ਤਾਂ ਮੱਲ ਯਾਰੋ ਵੱਢੀ ਹੀ ਹੈ ਮਾਰੀ, ਡਾਲਰਾਂ ਦੇ ਪੌਂਡਾਂ ਵਿੱਚ ਖੇਡਦੇ ਯਾਰੋ ਇੱਕ ਵੱਡੀ ਦੇ ਖਿਡਾਰੀ। ਗੱਲ ਪਿੰਡ ਵਾਲਿਆ ਬਿਸਲ ਮਾਰ ਨੌਜਵਾਨਾਂ, ਮੈਚ ਜਿਹੜਾ ਸ਼ੁਰੂ ਕਰਵਾ ਦੇ ਲੰਡੇ ਕੇਤੇ ਪੁਰਾਣੇ ਵਾਲ ਦੀਆਂ ਟੀਮਾਂ ਦੇ ਦਰਮਿਆਨ ਇਸ ਵੇਲੇ ਮੈਚ ਜਿਹੜਾ ਖੇਡ ਕਬੱਡੀ ਦਾ ਖੇਡਿਆ ਜਾਣਾ ਹੈ। ਇਸ ਤੋਂ ਬਾਅਦ ਬੁੱਟਰ ਤੇ ਬਲਖੰਡੀ, ਚੁਗਾਵਾਂ ਤੇ ਜਖੇਪਰ, ਦੁਸਾਂਝ ਭਾਈ ਤੇ ਚੂੜਚੱਕ, ਇਹ ਟੀਮਾਂ ਬਿਨਾਂ ਕਿਸੇ ਦੇਰੀ ਦੇ ਖੇਡ ਦੇ ਮੈਦਾਨ ਦੇ ਵੱਲੋਂ ਪਹੁੰਚਣਗੀਆਂ। ਨਾਲ ਸਾਡਾ ਵੀ ਜਸਵੀਰ ਸਿੰਘ ਫੌਜੀ ਭਾਈ ਬਾਈਏ ਵਾਲਾ, ਤੇ ਇਸ ਵੇਲੇ ਭਾਗਾ ਪੁਰਾਣੇ ਵਾਲ ਪਿੰਡ ਵਾਲਾ ਕਬੱਡੀ ਪਾ ਰਿਹਾ ਖੇਡ ਦੇ ਮੈਦਾਨ ਦੇ ਵਿੱਚ। ਸਾਹਮਣੇ ਤਿੰਨ ਸਟਾਪਰ ਬਿਲਕੁਲ ਤਿਆਰ ਨੇ, ਕਿਹਨੇ ਲਾ ਕੇ ਜੱਫਾ ਬੱਲੇ ਬੱਲੇ ਕਰਵਾਉਣੀ ਹੈ। ਲੰਡੇ ਕੇ ਪਿੰਡ ਵਾਲੇ ਗੱਭਰੂ ਨੇ ਕੀਤੀ ਕੋਸ਼ਿਸ਼ ਤੇ ਗੱਲ, ਰਣ ਸਿੰਘ ਪਿੰਡ ਦਾ ਬਿੱਲਾ ਇਸ ਵੇਲੇ ਬਿਸਲ ਮਾਰਦਾ ਵੀ ਪੁਆਇੰਟ ਜਿਹੜਾ ਰੇਟਰ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ, ਕਿ ਕਿੰਨੇ ਵੱਸ ਗਏ ਵਿਦੇਸ਼ਾਂ ਵਿੱਚ ਜਾ ਕੇ ਪੰਜਾਬੀ, ਉਹਨਾਂ ਮੁਲਕਾਂ ਦੇ ਵਿੱਚ ਸਾਡੀ ਟੌਹਰ ਹੈ ਨਵਾਬੀ, ਕੁਝ ਮਾਲਵੇ ਦੇ ਵਿੱਚੋਂ ਕਈ ਗਏ ਮਾਝੇ ਵਿੱਚੋਂ, ਭਾਵੇਂ ਜ਼ਿਆਦਾਤਰ ਲੋਕ ਉੱਥੇ ਗਏ ਨੇ ਦਵਾਬੀ, ਲੰਘਿਆਣੀਆਂ ਬੇਅੰਤ ਗੱਲਾਂ ਸੱਚ ਦੱਸਦਾ ਰਹੇ ਰੰਗਲਾ ਪੰਜਾਬ ਚਾਰ ਯੁੱਗ ਵਸਦਾ। ਇਸ ਵੇਲੇ ਜਲਾਲਾਬਾਦ ਪਿੰਡ ਦੇ ਸ਼ਿੰਦੂ ਨੇ ਕੋਸ਼ਿਸ਼ ਕੀਤੀ ਹੈ, ਮੇਰੇ ਵੀਰੇ ਬਾਬੇ ਸਜਦ ਕਬੀਰ ਦੀ ਧਰਤੀ ਹੈ, ਪੀਰਾਂ ਫਕੀਰਾਂ ਦੀ ਧਰਤੀ ਹੈ, ਜਲਾਲਾਬਾਦ ਦੀ ਅਵਤਾਰ ਸਾਡੀ ਜ਼ਿੰਦਗੀ ਦਾ ਪਰਮ ਮਿੱਤਰ ਹੈ। ਲਓ ਇਸ ਵੇਲੇ ਪੁਆਇੰਟ ਜਾਫੀ ਦਾ, ਅਗਲੀ ਕਬੱਡੀ ਜਲਾਲਾਬਾਦ ਪਿੰਡ ਦਾ ਨੀਟਾ ਗੱਭਰੂ ਅੱਜ ਬਣਪੁੱਤ ਖੇਡਦਾ ਹੈ ਪੁਰਾਣੇ ਵਾਲ ਦਾ। ਲਓ ਪਾਈ ਹੋਈ ਕਬੱਡੀ ਹੈ, ਤੇ ਸਾਹਮਣੇ ਲੰਡੇ ਕੇ ਪਿੰਡ ਦੇ ਤਿੰਨ ਸਟਾਪਰ ਹੈ ਕਿ ਜੋਸ਼ ਤਕਨੀਕ ਦੀ ਅੱਜ ਕੱਲ ਖੇਡ ਕਬੱਡੀ ਬਈ, ਨਿਰੇ ਜੋਰ ਵਾਲੇ ਨੂੰ ਜਾਫੀ ਢਾ ਹੀ ਜਾਂਦੇ ਨੇ, ਤੇਜ਼ ਨਿਗਾਹਾਂ ਵਰਗੀ ਹੁੰਦੀ ਜਿਹੜੇ ਰੇਟਰਾਂ ਦੀ, ਪਤਾ ਨਹੀਂ ਲੱਗਦਾ ਕਿਹੜੇ ਵੇਲੇ ਹੱਥ ਲਾ ਹੀ ਜਾਂਦੇ ਨੇ, ਰੱਬ ਵਾਂਗੂ ਜਿਹੜੇ ਗੇਮ ਪੂਜਦੇ ਜਤੀ ਲਗੋਟੇ ਦੇ, ਇੱਕ ਦਿਨ ਉਹ ਖਿਡਾਰੀ ਨਾਮ ਕਮਾ ਹੀ ਜਾਂਦੇ ਨੇ। ਲੰਘਿਆਣੀਆਂ ਜੋਧਿਆ ਦਿਨ ਚਾਰ ਜਵਾਨੀ ਦੇ, ਜਿਹੜੇ ਸਾਂਭ ਲੈਂਦੇ ਹਰ ਮੈਦਾਨੇ ਸ਼ਾਹੀ ਜਾਂਦੇ ਨੇ, ਜਿਹੜੇ ਸਾਂਭ ਲੈਂਦੇ ਹਰ ਮੈਦਾਨੇ ਸ਼ਾਹੀ ਜਾਂਦੇ ਨੇ, ਜਿਨ੍ਹਾਂ ਨੇ ਜਵਾਨੀ ਵਾਲੇ ਚਾਰ ਦਿਨ ਸਾਂਭੇ ਹੈ ਉਹਨਾਂ ਦੀ ਬੱਲੇ ਬੱਲੇ ਆ ਖੇਡ ਦੇ ਮੈਦਾਨਾਂ ਵਿੱਚ। ਮੇਰੇ ਵੀਰੋ ਇਸ ਸਾਲ ਦੇ ਸੀਜ਼ਨ ਦਾ ਕਹਿੰਦੇ ਵੀ ਪੂਰਾ ਜਿਹੜਾ ਟੌਪ ਦਾ ਜਾਫੀ ਹੈ ਬੇਟ ਵਾਲੀ ਕਬੱਡੀ ਦਾ, ਜਲਾਲਾਬਾਦ ਪਿੰਡ ਦਾ ਸ਼ਿੰਦੂ ਇਸ ਵੇਲੇ ਜੱਫਾ ਲਾ ਕੇ ਬੱਲੇ ਬੱਲੇ ਕਰਵਾਉਂਦਾ ਹੋਇਆ, ਬੁੱਟਰ ਤੇ ਬਲਖੰਡੀ, ਚੁਗਾਵਾਂ ਤੇ ਦਖੇਪੜ, ਦੁਸਾਂਝ ਭਾਈ ਤੇ ਚੂੜਚੱਕ, ਕੋਕਰੀ ਹੇਰ ਵੀ ਤੇ ਰਾਮੂ ਵਾਲਾ ਪੁਰਾਣੇ ਵਾਲਾ ਵੀ ਤੇ ਰਾਜਣ ਜਗਰਾਉਂ ਨੇ ਇਹਨਾਂ ਵਿੱਚੋਂ ਜੇਤੂ ਨਾਲ ਖੇਡਣਾ ਹੈ। ਇਸ ਵੇਲੇ ਭਾਗੇ ਨੇ ਕਬੱਡੀ ਪਾ ਦਿੱਤੀ ਹੈ, ਸਿੱਖੀ ਸਾਂਭੀ ਹੈ, ਜਵਾਨੀ ਸਾਂਭੀ ਹੈ, ਸਾਹਿਬ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਵੱਡੀ ਦੇਣ ਹੈ ਮੇਰੇ ਵੀਰੋ, ਸਿੱਖ ਇਤਿਹਾਸ ਨੂੰ ਲੋ ਪਈ ਹੋਈ ਕਬੱਡੀ ਹੈ ਕਿ ਨਾ ਕੋਈ ਉਹਨਾਂ ਵਰਗਾ ਹੋਇਆ ਨਾ ਕੋਈ ਉਹਨਾਂ ਵਰਗਾ ਹੋਣਾ, ਜੁਗਾਂ ਜੁਗਾਂ ਤੱਕ ਗੱਲਾਂ ਚੱਲਦੀਆਂ ਰਹਿਣੀਆਂ ਉਸ ਦਰਵੇਸ਼ ਦੀਆਂ, ਕੌਣ ਕਰੂਗਾ ਰੀਸਾਂ ਕਲਗੀਧਰ ਦਸ਼ਮੇਸ਼ ਦੀਆਂ, ਕੌਣ ਕਰੂਗਾ ਰੀਸਾਂ ਕਲਗੀਧਰ ਦਸ਼ਮੇਸ਼ ਦੀਆਂ। ਲਓ ਪੁਆਇੰਟ ਇਸ ਵੇਲੇ ਰੇਡਰ ਦੇ ਹਿੱਸੇ ਜੁੜਦਾ ਹੋਇਆ, ਅਗਲਾ ਮੈਚ ਬੁੱਟਰ ਦੇ ਬਲਖੰਡੀ ਪਿੰਡ ਦੀਆਂ ਟੀਮਾਂ ਕਰਕੇ ਤਿਆਰੀਆਂ ਖੇਡ ਦੇ ਮੈਦਾਨ ਦੇ ਵੱਲ ਪੁੱਜਣਗੀਆਂ, ਚੁਗਾਵਾਂ ਤੇ ਜਖੇਪਰ ਦੀਆਂ ਟੀਮਾਂ ਖੇਡਣਗੀਆਂ। ਲਓ ਇਸ ਵੇਲੇ ਸਾਹਮਣੇ ਚਾਰ ਸਟਾਪਰ ਹੈ, ਵੱਧ ਕੇ ਕਬੱਡੀ ਪੈ ਚੁੱਕੀ ਹੈ, ਚਿੱਟੀਆਂ ਕਬਾਹ ਦੀਆਂ ਫੁੱਟੀਆਂ ਵਰਗੀ ਧੁੱਪਾਂ ਤੇ ਹਲਕੀ ਹਲਕੀ ਚੱਲਦੀ ਹੋਈ ਪਾਣ। ਲਓ ਸਾਹਮਣੇ ਪਈ ਹੋਈ ਕਬੱਡੀ ਹੈ ਖੇਡ ਦੇ ਮੈਦਾਨ ਦੇ ਵਿੱਚ। ਲਓ ਸਾਹਮਣੇ ਅਗਲੀ ਕਬੱਡੀ ਪਾਉਣ ਦੇ ਲਈ ਗੱਭਰੂ ਵਾਧਾ ਹੋਇਆ ਕਿ ਪਾਣੀ ਪੰਜਾਂ ਦਰਿਆਵਾਂ ਵਾਲਾ ਨਹਿਰੀ ਹੋ ਗਿਆ, ਮੁੰਡਾ ਪਿੰਡ ਦਾ ਸੀ ਸ਼ਹਿਰ ਜਾ ਕੇ ਸ਼ਹਿਰੀ ਹੋ ਗਿਆ, ਯਾਦ ਰੱਖਦਾ ਵਿਸਾਖੀ ਉਹਨੇ ਦੇਖਿਆ ਹੁੰਦਾ ਜੇ ਰੰਗ ਕਣਕਾਂ ਦਾ ਹਰੇ ਤੋਂ ਸੁਨਹਿਰੀ ਹੋ ਗਿਆ। ਲਓ ਸਾਹਮਣੇ ਇਸ ਵੇਲੇ ਚਾਰ ਸਟਾਪਰ ਬਿਲਕੁਲ ਤਿਆਰ ਨੇ ਪੁਰਾਣੇ ਵਾਲ ਪਿੰਡ ਦੇ, ਤੇ ਕਿਹੜਾ ਗੱਭਰੂ ਜੱਫਾ ਲਾਵੇਗਾ ਗੱਲ ਸਮੇਂ ਦੀ ਹੈ, ਪਈ ਹੋਈ ਕਬੱਡੀ ਹੈ ਖੇਡ ਦੇ ਮੈਦਾਨ ਦੇ ਵਿੱਚ। ਲਓ ਸਾਹਮਣੇ ਇਸ ਵੇਲੇ ਨੌਜਵਾਨ ਗੱਭਰੂ ਨੇ ਫੜਿਆ ਗੁੱਟ, ਛੁਡਾਇਆ ਗੁੱਟ, ਭਰਿਆ ਲੱਕ, ਬੱਜੀ ਕਹਿੰਦੀ ਤਾੜੀਆਂ ਮਾਰ ਦਿਓ, ਇੱਕ ਵਾਰੀ ਮਾਰ ਦਿਓ ਤਾੜੀਆਂ, ਕਿ ਇਸ ਵੇਲੇ ਪੁਆਇੰਟ ਜਿਹੜਾ
ਜਾਫੀ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ ਕਿ ਜਿੱਥੇ ਗਏ ਪੰਜਾਬੀ ਲੈ ਗਏ ਨਾਲ ਕਬੱਡੀ ਨੂੰ ਤਾਂ ਹੀ ਰੁਤਬਾ ਮਿਲਿਆ ਹੈ ਅੱਜ ਕਮਾਲ ਕਬੱਡੀ ਨੂੰ ਤੇ ਕੁੱਲ ਪੰਜਾਬੀ ਖੇਡਾਂ ਦੇ ਸਰਦਾਰ ਕਬੱਡੀ ਨੂੰ ਜੁਗਾ ਜੁਗਾ ਤੋਂ ਕਰਨ ਪੰਜਾਬੀ ਪਿਆਰ ਕਬੱਡੀ ਨੂੰ ਪੁਰਾਣੇ ਵਾਲ ਪਿੰਡ ਦੇ ਮਣੀ ਨੇ ਜੱਫਾ ਲਾਇਆ ਅਗਲੀ ਕਬੱਡੀ ਭਾਗਾ ਭਾ ਰਿਹਾ ਖੇਡ ਦੇ ਮੈਦਾਨ ਦੇ ਵਿੱਚ ਸਾਹਮਣੇ ਦੋ ਸਟਾਪਰ ਬਿਲਕੁਲ ਤਿਆਰ ਨੇ ਤੇ ਗੱਲ ਪਿੰਡ ਦੇ ਬਿੱਲੇ ਨੇ ਵਿਸਲ ਮਾਰਨੀ ਹੈ ਗੱਲ ਸਮੇਂ ਦੀ ਹੈ ਦਰਸ਼ਕ ਵੀਰ ਬੈਠੇ ਝਾਕਦੇ ਹੈ ਵੀ ਕਿਹੜੇ ਗੱਭਰੂ ਨੇ ਜੱਫਾ ਲਾਉਣਾ ਕਿਹਨੇ ਪੁਆਇੰਟ ਲੈਣਾ ਹੈ ਲਓ ਜਾਫੀ ਨੇ ਭਰਿਆ ਕਲਾਬਾ ਬੱਜੀ ਕੈਂਚੀ ਖੇਡ ਦੇ ਮੈਦਾਨ ਦੇ ਵਿੱਚ ਤੇ ਪੁਆਇੰਟ ਜਿਹੜਾ ਇਸ ਵੇਲੇ ਸਟਾਪਰ ਦੇ ਹਿੱਸੇ ਜੁੜਦਾ ਹੋਇਆ ਅਗਲੀ ਕਬੱਡੀ ਪਾਉਣ ਦੇ ਲਈ ਗੱਭਰੂ ਵਾਧਾ ਹੋਇਆ ਖੇਡ ਮੈਦਾਨ ਦੇ ਵਿੱਚ ਸਾਡਾ ਵੀ ਚਮਕਾਰ ਜਲ ਡੀਟਾ ਸਟੂਡੀਓ ਵਾਲਾ ਕੱਲੀ ਕੱਲੀ ਕਬੱਡੀ ਨੂੰ ਆਪਣੇ ਕੈਮਰੇ ਦੀ ਅੱਖ ਦੇ ਵਿੱਚ ਬੰਦ ਕਰ ਰਿਹਾ ਤੇ ਪੰਜਾਬ ਲਾਈਵ ਆਨ .com ਦੇ ਜ਼ਰੀਏ ਕੱਲੀ ਕੱਲੀ ਕਬੱਡੀ ਜਾ ਰਹੀ ਪੂਰੇ ਵਿਸ਼ਵ ਦੇ ਵਿੱਚ ਥੋੜੇ ਜਿਹੇ ਸਮੇਂ ਦੇ ਵਿੱਚ ਮੇਰੇ ਵੀਰੇ ਪੂਰੇ ਪੰਜਾਬ ਭਰ ਦੀ ਜਿਹੜੀ ਪੂਰੀ ਵਧੀਆ ਜਿਹੜੀ ਪਾਪੂਲਰ ਵੈਬਸਾਈਟ ਬਣ ਚੁੱਕੀ ਹੈ ਪੰਜਾਬ ਲਾਈਵ ਆਨ .com ਵਾਲੇ ਸਾਡੇ ਵੀਰ ਇਹਨਾਂ ਦਾ ਵੀ ਧੰਨਵਾਦ ਹੈ ਜਲਾਲਾਬਾਦ ਪਿੰਡ ਦਾ ਸ਼ਿੰਦੂ ਹੈ ਇਸ ਵੇਲੇ ਰੱਖਿਆ ਧੌਣ ਤੇ ਹੱਥ ਬੱਜੀ ਕੈਂਚੀ ਤਾੜੀਆਂ ਮਾਰ ਦੋ ਇੱਕ ਵਾਰੀ ਕਿ ਬੱਜਣ ਤਾੜੀਆਂ ਜਦ ਵੀ ਜੀਤੀ ਜੱਫਾ ਲਾਉਂਦਾ ਏ ਮਾਰ ਕੇ ਥਾਪੀ ਸੁਰਖਪੁਰੀ ਨੰਬਰ ਲਿਆਉਂਦਾ ਏ ਘਰ ਘਰ ਗੱਲਾਂ ਕਰਦੇ ਲੋਕੀ ਬਿੱਟੂ ਦੁਗਾੜ ਦੀਆਂ ਵਿੱਚ ਵਿਦੇਸ਼ਾਂ ਤੋਂ ਮਾਂ ਪਈਆਂ ਨੇ ਗੁਰਲਾਲ ਦੀਆਂ ਅੱਜ ਵੀ ਲੋਕੀ ਪਿਆਰ ਦਿੰਦੇ ਜੋ ਬਣਿਆ ਦੇਰਾਂ ਦਾ ਖੇਡ ਕਬੱਡੀ ਖੇਡਣਾ ਸ਼ੌਂਕ ਪੰਜਾਬੀ ਸ਼ੇਰਾਂ ਦਾ ਖੇਡ ਕਬੱਡੀ ਖੇਡਣਾ ਸ਼ੌਂਕ ਪੰਜਾਬੀ ਸ਼ੇਰਾਂ ਦਾ ਮੇਰੇ ਵੀਰੇ ਵੀ ਜਲਾਲਾਬਾਦ ਪਿੰਡ ਦੇ ਸ਼ਿੰਦੂ ਨੇ ਸਾਈਕਲ ਜਿੱਤਿਆ ਲੰਡੇਗੇ ਦੇ ਕਬੱਡੀ ਟੂਰਨਾਮੈਂਟ ਤੇ ਲਾ ਇਸ ਵੇਲੇ ਲੰਡੇਗੇ ਪਿੰਡ ਵਾਲਾ ਗੱਭਰੂ ਕਬੱਡੀ ਪਾ ਰਿਹਾ ਤੇ ਸਾਹਮਣੇ ਚਾਰ ਜਾਫੀ ਹੈ ਤੇ ਗੱਭਰੂ ਪੁਰਾਣੇ ਵਾਲ ਪਿੰਡ ਦਾ ਡੱਕਣ ਦੀ ਕੋਸ਼ਿਸ਼ ਕਰਦਾ ਤਾੜੀਆਂ ਮਾਰ ਦੋ ਫੇਰ ਇੱਕ ਵਾਰੀ ਲਓ ਪੁਆਇੰਟ ਜਾਫੀ ਦੇ ਹਿੱਸੇ ਤੇ ਮੈਚ ਜਿਹੜਾ ਸਮਾਪਤ ਹੈ ਸਾਡੇ ਵੀਰ ਅਮਰਤ ਨੇ ਸਮਾਪਤੀ ਦੀ ਵਿਸਲ ਮਾਰੀ ਹੈ ਤੇ ਟੀਮ ਇਸ ਮੈਚ ਦੇ ਵਿੱਚੋਂ ਪੁਰਾਣੇ ਵਾਲਾ ਜੇਤੂ ਰਹੀ ਹੈ ਜਗਰਾਓਂ ਤੇ ਪੁਰਾਣੇ ਵਾਲ ਦਾ ਮੈਚ ਹੋਵੇਗਾ ਬੁੱਟਰ ਤੇ ਬਲਖੰਡੀ ਆ ਜਾਣ ਬੁੱਟਰ ਤੇ ਬਲਖੰਡੀ ਪਿੰਡ ਦੀਆਂ ਟੀਮਾਂ ਮੇਰੀ ਬੇਨਤੀ ਹੈ ਦੋਨੋਂ ਟੀਮਾਂ ਜਿਹੜੀਆਂ ਸੈਂਟਰਾਂ ਤੇ ਆ ਜਾਣ ਬੁੱਟਰ ਤੇ ਬਲਖੰਡੀ ਪਿੰਡ ਦੀਆਂ ਟੀਮਾਂ ਦੇ ਦਰਮਿਆਨ ਇਸ ਵੇਲੇ ਬੜਾ ਵਧੀਆ ਮੈਚ ਖੇਡਿਆ ਜਾਣਾ ਖੇਡ ਕਬੱਡੀ ਦਾ ਇਸ ਤੋਂ ਬਾਅਦ ਚੁਗਾਵਾਂ ਤੇ ਜਖੇਪਲ ਨਾਲ ਹੀ ਦਸਾਂਝ ਭਾਈ ਤੇ ਚੂੜਚੱਕ ਕੋਕਰੀ ਹੇਰ ਬੀ ਤੇ ਰਾਮੂ ਵਾਲਾ ਪੁਰਾਣੇ ਵਾਲਾ ਬੀ ਤੇ ਰਾਜਣ ਜਗਰਾਓਂ ਤੇ ਪੁਰਾਣੇ ਵਾਲਾ ਏ ਇਹਨਾਂ ਟੀਮਾਂ ਨੂੰ ਮੇਰੀ ਬੇਨਤੀ ਹੈ ਵੀ ਗੱਭਰੂ ਕਰ ਤਿਆਰੀਆਂ ਖੇਡ ਦੇ ਮੈਦਾਨ ਦੇ ਵੱਲ ਪੁੱਜੇ ਹਨ ਸੈਕਿੰਡ ਰਾਊਂਡ ਦੇ ਵਿੱਚ ਸਾਢੇ ਬਾਰਾਂ ਤੇ ਜਿਹੜੇ 13 ਪੁਆਇੰਟ ਦੇ ਉੱਤੇ ਜਾਣੇ ਆ ਟੀਮਾਂ ਨੋਟ ਕਰ ਲੈਣ ਮੇਰੀ ਬੇਨਤੀ ਹੈ ਬੁੱਟਰ ਤੇ ਬਲਖੰਡੀ ਪਿੰਡ ਦੀਆਂ ਟੀਮਾਂ ਦੇ ਦਰਮਿਆਨ ਇਸ ਵੇਲੇ ਮੈਚ ਸ਼ੁਰੂ ਹੋਣ ਜਾ ਰਿਹਾ ਖੇਡ ਕਬੱਡੀ ਦਾ ਇਸ ਤੋਂ ਬਾਅਦ ਚੁਗਾਵਾਂ ਤੇ ਜਖੇਪਲ ਦੀਆਂ ਟੀਮਾਂ ਖੇਡਣਗੀਆਂ ਕਿ ਦਿੱਲੀ ਤੋਂ ਸੜਕ ਜਿਹੜੀ ਆਉਂਦੀ ਹੈ ਪੰਜਾਬ ਨੂੰ ਫੋਨ ਉੱਤੇ ਦੱਸਾਂ ਸਾਰਾ ਹਾਲ ਮੈਂ ਜਨਾਬ ਨੂੰ ਯਾਰ ਲੱਭ ਜਾਣੇ ਤੈਨੂੰ ਤਾਂ ਸੁਖਾਲੇ ਨੀ ਨਕਸ਼ੇ ਪੰਜਾਬ ਤੈਨੂੰ ਸਿੱਧਾ ਕਰ ਵੇਖੀ ਮੋਗਾ ਜ਼ਿਲ੍ਹਾ ਸਾਡਾ ਆਉਂਦਾ ਏ ਵਿਚਾਲੇ ਨੀ ਨਕਸ਼ੇ ਪੰਜਾਬ ਤੈਨੂੰ ਸਿੱਧਾ ਕਰ ਵੇਖੀ ਮੋਗਾ ਜ਼ਿਲ੍ਹਾ ਸਾਡਾ ਆਉਂਦਾ ਏ ਵਿਚਾਲੇ ਨੀ ਸਾਡੇ ਵੀਰ ਦਾਤੇ ਵਾਲੇ ਡੀਸੀ ਟੂਰ ਨੇ ਬੜਾ ਸੋਹਣਾ ਲਿਖਿਆ ਸਾਢੇ ਬਾਰਾਂ ਤੇ 13 ਪੁਆਇੰਟ ਹੈ ਜੀ
ਵੀ ਜੀ ਜਿਹੜੇ ਪਲੇਅਰ ਪਹਿਲਾਂ ਖੇਡ ਕੇ ਗਏ ਆਪ ਹੀ ਬਾਹਰ ਚਲੇ ਜਾਣ, ਬੇਨਤੀ ਹੈ ਬਾਅਦ ਚ ਨਾ ਕਹੋ ਵੀ ਸਾਡੀ ਬੇਇੱਜ਼ਤੀ ਕਰਤੀ। ਜਿਹੜੇ ਪਲੇਅਰ ਪਹਿਲਾਂ ਖੇਡ ਕੇ ਗਏ ਉਹ ਪਲੇਅਰ ਜਿਹੜੇ ਖੇਡਣ ਨਹੀਂ ਦਿੱਤੇ ਜਾਣੇ, ਇਹ ਪਲੇਅਰ ਜਿਹੜੇ ਵੋਟ ਕਰ ਲੈਣ, ਟੀਮ ਸਕ੍ਰੈਚ ਕਰ ਦੇਣੀ ਜਿਹੜੇ ਦੂਜੀ ਵਾਰ ਖੇਡਣ ਲੱਗੇ ਪਲੇਅਰ। ਨੋਟ ਕਰ ਲਓ ਜੀ, ਅਸੀਂ ਟੀਮ ਕੱਟ ਦੇਣੀ ਹੈ ਜੇ ਕੋਈ ਪਲੇਅਰ ਦੂਜੀ ਵਾਰ ਖੇਡਣ ਆਉਂਦਾ। ਬਿੱਲਾ ਜੀ ਤੁਹਾਡੇ ਕੋਲ ਪੂਰਾ ਅਧਿਕਾਰ ਹੈ। ਵੀ ਜੀ ਜਿਹੜੇ ਪਲੇਅਰ ਦਾ ਵੇਟ ਨਹੀਂ ਆਉਂਦਾ ਬਹਿ ਜਾਓ ਯਾਰ। ਬੁੱਟਰ ਦੀ ਟੀਮ ਕਿੱਧਰ ਆ ਜੀ, ਹੱਥ ਖੜਾ ਕਰੋ। ਬੁੱਟਰ ਦੀ ਟੀਮ ਚੜ੍ਹਦੇ ਵਾਲੇ ਪਾਸੇ ਤੇ ਇਸ ਵੇਲੇ ਬਲਖੰਡੀ ਪਿੰਡ ਵਾਲਾ ਗੱਭਰੂ ਕਬੱਡੀ ਪਾ ਰਿਹਾ ਤੇ ਜਾਫੀ ਬੁੱਟਰ ਵਾਲੇ ਨੇ ਕੋਸ਼ਿਸ਼ ਕੀਤੀ ਹੈ ਪੁਆਇੰਟ ਏਟਰ ਦਾ, ਪੁਆਇੰਟ ਬਲਖੰਡੀ ਪਿੰਡ ਦੀ ਟੀਮ ਦਾ। ਅਗਲਾ ਮੈਚ ਚੁਗਾਵਾਂ ਤੇ ਜਖੇਪਣ ਨੇ ਖੇਡਣਾ, ਉਸ ਤੋਂ ਬਾਅਦ ਦਸਾਂਝ ਪਾਈ ਤੇ ਚੂੜ ਚੱਕ ਕੋਕਰੀ ਹੇਰ ਵੀਹ ਤੇ ਰਾਮੂ ਵਾਲਾ ਪੁਰਾਣੇ ਵਾਲਾ ਵੀਹ ਤੇ ਰਾਜਣ। ਸਾਡੇ ਵੀਰ ਦਾਤਾ ਡੀਸੀ ਟੂਰ ਨੇ ਬੜਾ ਸੋਹਣਾ ਲਿਖਿਆ ਕਿ ਬਾਬੇ ਦਾਮੂ ਸ਼ਾਹ ਵਾਲਾ ਪਿੰਡ ਜੋ ਲੁਹਾਰਾ ਨੀ, ਇੰਦਗੜ੍ਹ ਝਿੜੀ ਵਿੱਚ ਪੀਰਾਂ ਦਾ ਦੁਆਰਾ ਨੀ, ਸਾਨੂੰ ਸੱਚੀ ਸਰਕਾਰ ਦੇ ਸਹਾਰੇ ਨੀ, ਨਕਸ਼ੇ ਪੰਜਾਬ ਦੇ ਨੂੰ ਸਿੱਧਾ ਕਰ ਵੇਖੀ, ਮੋਗਾ ਜ਼ਿਲ੍ਹਾ ਸਾਡਾ ਆਉਂਦਾ ਏ ਵਿਚਾਲੇ ਨੀ, ਨਕਸ਼ੇ ਪੰਜਾਬ ਦੇ ਨੂੰ ਸਿੱਧਾ ਕਰ ਵੇਖੀ। ਗੱਭਰੂ ਬੁੱਟਰ ਪਿੰਡ ਵਾਲਾ ਇਸ ਵੇਲੇ ਡਾਲਾ ਪਿੰਡ ਦਾ ਜੋਗਾ ਨਾ ਏ, ਗੱਭਰੂ ਪੁਆਇੰਟ ਲੈ ਕੇ ਵਾਪਸ ਭੱਜਿਆ ਤੇ ਅਗਲੀ ਕਬੱਡੀ ਪਾਉਣ ਦੇ ਲਈ ਜਾਫੀ ਗੱਭਰੂ ਨੇ ਕਰੀ ਆ ਤਿਆਰੀ। ਬਲਖੰਡੀ ਵਾਲੇ ਨੇ ਚਾਰ ਸਟਾਪਰ ਇਸ ਵੇਲੇ ਬੁੱਟਰ ਪਿੰਡ ਦੇ ਹੈ। ਬੁੱਟਰ ਪਿੰਡ ਕਹਿੰਦੇ ਸੁੱਖੇ ਦਾ ਪਿੰਡ ਹੈ ਮੇਰੇ ਵੀਰੇ, ਮੋਗਾ ਬਰਨਾਲਾ ਮੁੱਖ ਮਾਰਗ ਤੇ ਵਸਿਆ ਹੋਇਆ ਪਿੰਡ ਹੈ ਬੁੱਟਰ, ਤੇ ਪੁਆਇੰਟ ਇਸ ਵੇਲੇ ਬਲਖੰਡੀ ਵਾਲੇ ਨੌਜਵਾਨ ਗੱਭਰੂ ਦਾ ਕਿ ਇਸ ਵੇਲੇ ਪੁਆਇੰਟ ਜਿਹੜਾ ਬਲਖੰਡੀ ਦੀ ਟੀਮ ਦਾ। ਅਗਲੀ ਕਬੱਡੀ ਪਾਉਣ ਦੇ ਲਈ ਗੱਭਰੂ ਬਾਂਧਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ, ਸਾਹਮਣੇ ਚਾਰ ਜਾਫੀ ਬਲਖੰਡੀ ਪਿੰਡ ਦੇ ਬਿਲਕੁਲ ਤਿਆਰ ਨੇ, ਝੂਲਦੇ ਹੋਏ ਝੰਡੇ, ਰੰਗ ਬਰੰਗੀਆਂ ਚਾਨਵੀਆਂ ਲੱਗੀਆਂ, ਜਿੰਦਾਬਾਦ ਕਬੱਡੀ, ਜਿੰਦਾਬਾਦ ਕਬੱਡੀ। ਬਲਖੰਡੀ ਵੱਲੋਂ ਬੁੱਟਰ ਦੇ ਤਰਾਜ ਆ ਬਈ, ਤਰਾਜ ਵੀ ਪਹੁੰਚ ਗਈ ਸਾਡੇ ਕੋਲੇ। ਬਲਖੰਡੀ ਦੀ ਟੀਮ ਵੱਲੋਂ ਬੁੱਟਰ ਦੇ ਉੱਪਰ ਜਿਹੜਾ ਤਰਾਜ ਹੈ, ਅਸੀਂ ਰਿਜ਼ਲਟ ਡਿਕਲੇਅਰ ਨਹੀਂ ਕਰਾਂਗੇ। ਇਸ ਵੇਲੇ ਗੱਭਰੂ ਬੁੱਟਰ ਪਿੰਡ ਵਾਲਾ ਪੁਆਇੰਟ ਲੈ ਕੇ ਆਪਣੀ ਟੀਮ ਦੇ ਲਈ ਅੰਕ ਦਾ ਵਾਧਾ ਕਰਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ। ਚੁਗਾਵਾਂ ਤੇ ਜਖੇਪੜ ਦੀ ਟੀਮਾਂ ਬਿਨਾਂ ਕਿਸੇ ਦੇਰੀ ਦੇ ਗਰਾਊਂਡ 'ਚ ਪੁੱਜੀਆਂ। ਚੁਗਾਵਾਂ ਤੇ ਜਖੇਪੜ ਨਾਲ ਹੀ ਮੇਰੀ ਬੇਨਤੀ ਹੈ, ਦੁਸਾਂਝ ਭਾਈ ਤੇ ਚੂੜ ਚੱਕ ਕੋਕਰੀ ਹੇਰ ਵੀ ਤੇ ਰਾਮੂ ਵਾਲਾ ਪੁਰਾਣੇ ਵਾਲਾ ਵੀ ਤੇ ਰਾਜਣਾ ਜਗਰਾਓ ਤੇ ਪੁਰਾਣੇ ਵਾਲਾ ਇਹ ਟੀਮਾਂ ਖੇਡਣਗੀਆਂ। ਲਾ ਪੁਆਇੰਟ ਇਸ ਵੇਲੇ ਧਾਵੀ ਦੇ ਹਿੱਸੇ ਜੁੜਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ। ਅਗਲੀ ਕਬੱਡੀ ਪਾਉਣ ਦੇ ਲਈ ਗੱਭਰੂ ਬਾਂਧਾ ਹੋਇਆ ਕਿ ਰੱਖੀ ਨਸ਼ਿਆਂ ਤੋਂ ਰਹਿਤ ਜਵਾਨੀ ਸਾਂਭ, ਇਹਨਾਂ ਦੁੱਧ ਮੱਖਣਾਂ ਦੇ ਨਾਲ ਪਾਲੀ ਹੋਈ ਹੈ, ਕਰੀਏ ਪੰਜਾਬ ਤੇ ਪੰਜਾਬੀਅਤ ਦਾ ਨਾਮ ਉੱਚਾ, ਧਾਰਨਾ ਦਿਲਾਂ ਦੇ ਵਿੱਚ ਇਹਨਾਂ ਧਾਰੀ ਹੋਈ ਹੈ ਤੇ ਖੇਡ ਕਬੱਡੀ ਨੂੰ ਇਹ ਮਾਂ ਖੇਡ ਮੰਨਦੇ, ਖੇਡਣ ਆ ਕੇ ਵਿੱਚ ਮੈਦਾਨਾਂ ਦੇ ਕੋਕਰੀ ਵਾਲਿਆਂ ਤੋਂ ਕਰਕੇ ਸਿਫਤ ਦੱਸੀ, ਹੁੰਦੇ ਕਿੱਦਾਂ ਦੇ ਜੋਰ ਜਵਾਨਾਂ ਦੇ। ਜੋਗਾ ਡਾਲੇ ਪਿੰਡ ਵਾਲਾ ਇਸ ਵੇਲੇ ਗੱਭਰੂ ਕਬੱਡੀ ਪਾ ਰਿਹਾ ਤੇ ਜਾਫੀ ਨੇ ਲੱਕ ਫੜਿਆ ਤੇ ਮੇਰੇ ਵੀਰੇ ਪੁਆਇੰਟ ਜਿਹੜਾ ਜਾਫੀ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ ਖੇਡ ਦੇ ਮੈਦਾਨ ਦੇ ਵਿੱਚ। ਪੁਆਇੰਟ ਬਲਖੰਡੀ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਖੇਡ ਖੇਡਾਂ ਵਿੱਚੋਂ ਵੱਡੀ ਜਿਹਨੂੰ ਆਖ ਦੇ ਕਬੱਡੀ। ਸਾਹਮਣੇ ਚਾਰ ਜਾਫੀ ਇਸ ਵੇਲੇ ਬਿਲਕੁਲ ਤਿਆਰ ਨੇ, ਔਰ ਚੌਂ ਦੇ ਵਿੱਚੋਂ ਦੇਖਾਂਗੇ ਵੀ ਕਿਹੜਾ ਗੱਭਰੂ ਬੁੱਟਰ ਪਿੰਡ ਵਾਲਾ ਜੱਫਾ ਲਾ ਕੇ ਬੱਲੇ ਬੱਲੇ ਕਰਵਾਵੇਗਾ। ਗੱਲ ਸਮੇਂ ਹੈ ਤੇ ਜਾਫੀ ਨੇ ਕਰੀ ਹੈ ਕੋਸ਼ਿਸ਼, ਟੱਚ ਡਬਲ ਹੋ ਗਿਆ ਤੇ ਪੁਆਇੰਟ ਇਸ ਵੇਲੇ ਰੇਡਰ ਦੇ ਹਿੱਸੇ ਜੁੜਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ। ਪੁਆਇੰਟ ਇਸ ਵੇਲੇ ਰੇਡਰ ਦੇ ਹਿੱਸੇ ਜੁੜਦਾ ਹੋਇਆ। ਚੱਲ ਵੀ ਨੌਜਵਾਨ ਪਾ ਫਿਰ ਅਗਲੀ ਕਬੱਡੀ। ਚੁਗਾਵਾਂ ਤੇ ਜਖੇਪੜ ਦੀਆਂ ਟੀਮਾਂ ਅਗਲੇ ਮੈਚ ਲਈ ਕਰ ਤਿਆਰੀਆਂ, ਖੇਡ ਦੇ ਮੈਦਾਨ ਦੇ ਵੱਲ ਨੂੰ ਪੁੱਜੀਆਂ ਜਖੇਪੜ ਤੇ ਚੁਗਾਵਾਂ। ਲਓ ਸਾਹਮਣੇ ਅਗਲੀ ਕਬੱਡੀ ਪਾਉਣ ਦੇ ਲਈ ਗੱਭਰੂ ਵਾਧਾ ਹੋਇਆ
ਖੇਡ ਦੇ ਮੈਦਾਨ ਦੇ ਵਿੱਚ ਵੀ ਕਬੱਡੀ ਹੈ। ਚਾਰ ਜਾਫੀ ਨੇ ਸਾਹਮਣੇ ਕਿ ਜਦ ਵੀ ਸੋਚਾਂ ਦੇ ਵਿੱਚ ਪਈਏ ਨਿਤ ਅਰਦਾਸਾਂ ਕਰਦੇ ਰਹੀਏ ਉਹ ਗੁਰੂਆਂ ਦੀ ਧਰਤੀ ਉੱਤੇ ਮੱਥਾ ਟੇਕਣ ਨੂੰ ਮੇਰੇ ਨੈਣ ਤਰਸਦੇ ਰਹਿੰਦੇ ਨੇ, ਨਨਕਾਣਾ ਵੇਖਣ ਨੂੰ ਮੇਰੇ ਨੈਣ ਤਰਸਦੇ ਰਹਿੰਦੇ ਨੇ, ਨਨਕਾਣਾ ਵੇਖਣ ਨੂੰ। ਚਾਫੀ ਨੇ ਪੁੱਠੀ ਕੈਂਚੀ ਪਾ ਲਈ ਹੈ, ਕਦੇ ਪੁੱਠੀ ਕੈਂਚੀ ਕਹਿੰਦੇ ਵੀ ਇੰਦਗੜ ਦਾ ਬਗੀਚਾ ਪਾਉਂਦਾ ਹੈ, ਕਪੂਰਿਆਂ ਦਾ ਪ੍ਰੇਮ ਪੁੱਠੀ ਪਾਉਂਦਾ ਹੈ। ਤੇ ਇਸ ਵੇਲੇ ਗੱਲ ਜਿਹੜੀ ਕਸੂਤੀ ਹੋ ਗਈ ਹੈ ਖੇਡ ਦੇ ਮੈਦਾਨ ਦੇ ਵਿੱਚ ਕਿ ਫੜਦੇ ਗੁੱਟ ਨੂੰ ਜੜਦੇ ਜਿੰਦਰੇ ਹੱਥ ਛਿੜਾਵੇ ਨਾ, ਮਾਰ ਸੋਹਣਿਆ ਕੈਂਚੀ ਰੇਡਰ ਸੁੱਕਾ ਜਾਵੇ ਨਾ, ਮਾਰ ਸੋਹਣਿਆ ਕੈਂਚੀ ਰੇਡਰ ਸੁੱਕਾ ਜਾਵੇ ਨਾ। ਫੌਜੀ ਭੈਣੀ ਬਾਈਏ ਵਾਲਾ ਬਿਸਲ ਮਾਰਦਾ ਹੈ ਵੀ ਪੁਆਇੰਟ ਇਸ ਵੇਲੇ ਜਾਫੀ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ ਕਿ ਆਉਂਦਾ ਹੈ ਸਵਾਦ ਪੰਜਾਬੀਆਂ ਨੂੰ ਕਬੱਡੀ ਦੇਖ ਕੇ, ਜਦੋਂ ਪਾਉਂਦਾ ਕੋਈ ਰੇਡ ਧਾਵੀ ਮੱਥਾ ਟੇਕ ਕੇ ਕਹਿੰਦੇ ਲੱਗ ਜਾਂਦਾ ਵਧੀਆ ਕੋਈ ਜੱਫਾ ਤਾਂ ਦੁਨੀਆ ਪੈਂਦੀ ਨੱਚ ਮਿੱਤਰੋ। ਕੌਡੀ ਖੇਡ ਆ ਪੰਜਾਬੀਆਂ ਦੀ ਮਾਂ, ਇਹ ਗੱਲ ਸੋਲਾ ਨੇ ਸੱਚ ਮਿੱਤਰੋ, ਕੌਡੀ ਖੇਡ ਆ ਪੰਜਾਬੀਆਂ ਦੀ ਮਾਂ, ਪੰਜਾਬੀਆਂ ਦੀ ਜਿੰਦ ਜਾਨ ਹੈ ਖੇਡ ਕਬੱਡੀ। ਲੱਭ ਫਿਰ ਮੁੰਡੇ ਨੇ ਗਿੱਟਾ ਫੜਿਆ ਕਿ ਔਖੀ ਹੁੰਦੀ ਹੈ ਕਬੱਡੀ ਵਿੱਚ ਖੁੱਚ ਪੱਟਣੀ ਤੇ ਲਾਉਣੀ ਔਖੀ ਧਾਕ ਮਿੱਤਰੋ, ਦਾ ਮਿਹਨਤਾਂ ਦੇ ਨਾਲ ਸਭ ਲੱਗਦੇ ਖਾ ਕੇ ਖੁਰਾਕ ਮਿੱਤਰੋ, ਦਾ ਮਿਹਨਤਾਂ ਦੇ ਨਾਲ ਸਭ ਲੱਗਦੇ। ਇਸ ਵੇਲੇ ਡਾਲੇ ਪਿੰਡ ਵਾਲੇ ਗੱਭਰੂ ਨੇ ਕਬੱਡੀ ਪਾ ਦਿੱਤੀ ਹੈ। ਡਾਲਾ ਪਿੰਡ ਕਹਿੰਦੇ ਕਬੱਡੀ ਜਗਤ ਦੇ ਵਿੱਚ ਬੜਾ ਵੱਡਾ ਨਾਂ ਹੈ, ਪਰਮਜੀਤ ਸਿੰਘ ਜੀ ਡਾਲਾ ਸਾਹਿਬ ਕਬੱਡੀ ਦੀ ਬੜੀ ਸਤਿਕਾਰਯੋਗ ਸ਼ਖਸੀਅਤ ਹੈ। ਵੀਰੋ ਆਪਾਂ ਆਪਣੇ ਸਮੇਂ ਦੇ ਪੁਰਾਣੇ ਕਬੱਡੀ ਦੇ ਖਿਡਾਰੀ ਵੀ ਬੜੇ ਟੌਪ ਦੇ ਪੈਦਾ ਕੀਤੇ ਇਸ ਪਿੰਡ ਨੇ, ਜਿਵੇਂ ਗੱਲ ਪਿੰਡਾਂ ਦੀ ਹੈ ਗੱਲ ਘੱਲ ਕਲਾਂ ਪਿੰਡ ਦੀ ਕਰੀਏ, ਕੌਂਕਿਆਂ ਦੀ ਧਰਤੀ ਮੇਰੇ ਵੀਰੋ ਮਾਂ ਖੇਡ ਕਬੱਡੀ ਦੀ ਨਰਸੀ ਵੱਲੋਂ ਜਾਣੇ ਜਾਣ ਵਾਲੇ ਪਿੰਡ ਹੈ। ਤੇ ਇਸ ਵੇਲੇ ਗੱਲ ਮੇਰੇ ਵੀਰੋ ਐਸ ਨੌਜਵਾਨ ਗੱਭਰੂ ਦੀ ਹੈ, ਬਲਖੰਡੀ ਪਿੰਡ ਵਾਲਾ ਨੌਜਵਾਨ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ। ਜਖੇਪਲ ਤੇ ਚਗਾਵਾਂ ਅਗਲੇ ਮੈਚ ਦੀਆਂ ਦੋਨੋਂ ਟੀਮਾਂ ਨੇ, ਜਖੇਪਲ ਤੇ ਜਖੇਪਲ ਤੇ ਚਗਾਵੇਂ ਦੀਆਂ ਟੀਮਾਂ ਦੇ ਦਰਮਿਆਨ ਜਿਹੜਾ ਅਗਲਾ ਮੈਚ ਖੇਡਿਆ ਜਾਣਾ ਖੇਡ ਕਬੱਡੀ ਦਾ, ਨਾਲ ਹੀ ਬਾਬਾ ਸ਼ਿੰਦਰ ਸਿੰਘ ਜੀ ਹਰਦਾਸੇ ਵਾਲੇ ਵੱਡੀਆਂ ਜਿਹੜੀਆਂ ਜਲਦੀਆਂ ਸਵਾਵਾਂ ਦੇ ਰਹੇ ਨੇ, ਵੱਡਾ ਧੰਨਵਾਦ ਹੈ। ਲਓ ਸਾਹਮਣੇ ਇਸ ਵੇਲੇ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਜੁੜਦਾ ਹੋਇਆ, 500 ਰੁਪਇਆ ਸਾਡੇ ਵੀ ਠਾਣਾ ਜੀ ਨੋਨਾ ਗਿੱਲ ਜੀ ਔਰ ਨਿੱਕਾ ਗਿੱਲ ਜੀ ਉਹਨਾਂ ਵੱਲੋਂ ਦਿੱਤਾ ਜਾ ਰਿਹਾ ਹੈ, ਪੁਰਾਣੇ ਵਾਲ ਦੇ ਜਾਫੀਆਂ ਨੂੰ ਜਿਹਨਾਂ ਨੇ ਜੱਫੇ ਲਾਏ ਹੈ। ਲਓ ਇਸ ਵੇਲੇ ਸਾਹਮਣੇ ਬਲਖੰਡੀ ਵਾਲਾ ਗੱਭਰੂ ਕਬੱਡੀ ਪਾ ਰਿਹਾ ਹੈ, ਖੇਡ ਦੇ ਮੈਦਾਨ ਦੇ ਵਿੱਚ ਨੌਜਵਾਨ ਗੱਭਰੂ ਨੇ ਕਬੱਡੀ ਪਾ ਦਿੱਤੀ ਹੈ। ਔਰ ਵੇਖਦੇ ਵੀ ਜਾਫੀ ਨੌਜਵਾਨ ਗੱਭਰੂ ਫੁੱਟਰ ਪਿੰਡ ਵਾਲਾ ਕਰਦਾ ਕੋਸ਼ਿਸ਼ ਡੱਕਣ ਦੀ ਤੇ ਮੁੰਡਾ ਭੱਜਾ ਆਉਂਦਾ ਹੈ ਕਿ ਗੋਲ ਜਿਹਾ ਦਾਇਰਾ ਵਿੱਚ ਹੰਦੇ ਨੇ ਤੋਂ ਦਿਸਦੇ ਚੜ ਜਾਂਦਾ ਚਾ ਜਾਂ ਖਿਡਾਰੀ ਵਿੱਚ ਦਿਸਦੇ ਵਾਰੇ ਉਹਦੇ ਜਾਮਾ ਜੀ ਨੇ ਕਾਢੇ ਦੀ ਕੱਢੀ ਹੈ। ਖੇਡਣੀ ਕਬੱਡੀ ਯਾਰੋ ਖੇਡਣੀ ਕਬੱਡੀ ਹੈ, ਕਈਆਂ ਨੇ ਹੈ ਖੇਡੀ ਕਈਆਂ ਖੇਡ ਖੇਡ ਛੱਡੀ ਹੈ, ਕਈਆਂ ਨੇ ਖੇਡਣੀ ਹੈ ਤੇ ਕਈਆਂ ਨੇ ਖੇਡ ਕੇ ਛੱਡ ਦਿੱਤੀ ਹੈ। ਇਸ ਵੇਲੇ ਗੱਭਰੂ ਅਗਲੀ ਕਬੱਡੀ ਪਾਉਣ ਦੇ ਲਈ ਕਰਦਾ ਹੋਇਆ ਤਿਆਰੀ ਕਿ ਆਰੀ 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 ਮਿੱਤਰਾਂ ਦੇ ਪਿੰਡ ਜਾਣ ਦੀ, ਮੁੰਡਾ ਕਰਦਾ ਫਿਰ ਤਿਆਰੀ ਮਿੱਤਰਾਂ ਦੇ ਪਿੰਡ ਜਾਣ ਦੀ। ਲਓ ਸਾਹਮਣੇ ਇਸ ਵੇਲੇ ਗੱਭਰੂ ਦੀ ਪਾਈ ਹੋਈ ਕਬੱਡੀ ਹੈ, ਚਾਰ ਜਾਫੀ ਹੈ, ਮੁੰਡੇ ਨੇ ਦੋ ਨੰਬਰ ਵਾਲੇ ਨੂੰ ਕੀਤਾ ਟੱਚ ਤੇ ਪੁਆਇੰਟ ਰੇਡਰ ਦੇ ਹਿੱਸੇ ਜੁੜਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਕਿ ਧਾਵੀ ਕਹਿੰਦਾ ਉੱਡ ਉੱਡ ਪਾਊਗਾ ਕਬੱਡੀਆਂ, ਲੱਤਾਂ ਹਿੱਕਾਂ ਬਾਹਾਂ ਵਿੱਚ ਤਾਕਤਾਂ ਨੇ ਵੱਡੀਆਂ, ਲੱਤਾਂ ਹਿੱਕਾਂ ਬਾਹਾਂ ਵਿੱਚ ਤਾਕਤਾਂ ਨੇ ਵੱਡੀਆਂ ਵੱਡੀਆਂ ਤਾਕਤਾਂ ਜ਼ੋਰ ਅਜਮਾਇਸ਼ਾਂ ਕੀਤੀਆਂ ਜਾ ਰਹੀਆਂ। ਇਸ ਵੇਲੇ ਆਹ ਸਾਹਮਣੇ ਪਾਈ ਹੋਈ ਕਬੱਡੀ ਜਾਫੀ ਨੇ ਗੁੱਟ ਫੜਿਆ, ਫੜਿਆ ਹੋਇਆ ਗੁੱਟ ਤੇ ਕਹਿੰਦਾ ਪੁੱਤ ਹੁਣ ਛੁੱਟ ਗੱਲ ਕਸੂਤੀ ਹੈ, ਵੱਜਦਾ ਪੰਪ ਕਿ ਸੋਨੂ ਦਾ ਜੰਪ, ਦੁੱਲੇ ਦਾ ਪੰਪ, ਸੁਖਵੀਰ ਦੀ ਭਾਟ, ਭੀਮ ਦਾ ਡਾਜ, ਇਹ ਚਾਰੇ ਦਿਲ ਨੂੰ ਲੁੱਟਦੇ ਨੇ। ਜਾਫੀ ਦੌਦਰ ਦਾ ਬਰਿੰਦਰ, ਪਿੱਥੋ ਦਾ ਸ਼ੀਰਾ, ਰੇਡਰ ਦੂਰੇ ਕਰ ਕਰ ਸੁੱਟਦੇ ਨੇ ਜਾਫੀ ਦੌਦਰ ਦਾ ਬਰਿੰਦਰ। ਇਸ ਵੇਲੇ ਪੁਆਇੰਟ ਜਿਹੜਾ ਜਾਫੀ ਦੇ ਹਿੱਸੇ ਜੁੜਦਾ ਹੋਇਆ ਬੁੱਟਰ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ, ਬੁੱਟਰ ਦੀ ਟੀਮ ਚੜ੍ਹਦੇ ਵਾਲੇ ਪਾਸੇ ਖੇਡ ਰਹੀ ਤੇ ਲਹਿੰਦੇ ਵਾਲੇ ਪਾਸੇ ਟੀਮ
ਬਲਖੰਡੀ ਪਿੰਡ ਦੀ ਹੈ, ਡਾਲੇ ਪਿੰਡ ਦਾ ਜੋਗਾ ਇਸ ਵੇਲੇ ਬਣਪੁੱਤ ਖੇਡ ਦਾ ਬੁੱਟਰ ਦਾ ਲੰਗਿਆਣੀ ਯੋਧੇ ਨੇ ਬੜਾ ਸੋਹਣਾ ਲਿਖਿਆ ਕਿ ਮੋਗਿਓ ਬਧਨੀ ਜਾਂਦਿਆਂ ਲਗਭਗ ਪਿੰਡ ਵਿਚਾਲੇ ਦੇ ਤੇ ਧੁੰਮਾ ਪਾਈ ਫਿਰਦੇ ਨੇ ਦੋ ਜਾਫੀ ਡਾਲੇ ਦੇ ਲੰਗਿਆਣੀਆਂ ਯੋਧਿਆਂ ਨਾਂ ਕਿਸੇ ਤੋਂ ਥੱਲੇ ਹੈ ਮਨਪ੍ਰੀਤ ਤੇ ਆਤਮੇ ਦੀ ਹੁਣ ਬੱਲੇ ਬੱਲੇ ਹੈ ਮਨਪ੍ਰੀਤ ਤੇ ਆਤਮੇ ਦੀ ਹੁਣ ਬੱਲੇ ਬੱਲੇ ਹੈ ਚਾਰ ਜਾਫੀ ਤਿੰਨ ਜਾਫੀ ਨੇ ਇਸ ਵੇਲੇ ਬੁੱਟਰ ਦੇ ਤੇ ਚੌਥਾ ਨੌਜਵਾਨ ਗੱਭਰੂ ਬਲਖੰਡੀ ਵਾਲਾ ਕਬੱਡੀ ਪਾ ਰਿਹਾ ਹੈ ਖੇਡ ਦੇ ਮੈਦਾਨ ਦੇ ਵਿੱਚ ਪਾਈ ਹੋਈ ਕਬੱਡੀ ਹੈ ਮੇਰੇ ਵੀਰੋ ਤੇ ਪੁਆਇੰਟ ਜਿਹੜਾ ਇਸ ਵੇਲੇ ਰੇਡਰ ਦੇ ਹਿੱਸੇ ਜੁੜਦਾ ਹੋਇਆ ਕਿ ਜਿੱਥੇ ਗਏ ਪੰਜਾਬੀ ਲੈ ਕੇ ਨਾਲ ਕਬੱਡੀ ਨੂੰ ਤਾਂ ਹੀ ਰੁਤਬਾ ਮਿਲਿਆ ਹੈ ਅੱਜ ਕਮਾਲ ਕਬੱਡੀ ਨੂੰ ਤੇ ਕੁੱਲ ਪੰਜਾਬੀ ਖੇਡਾਂ ਦੀ ਸਰਦਾਰ ਕਬੱਡੀ ਨੂੰ ਜੁਗਾਂ ਜੁਗਾਂ ਤੋਂ ਕਰਨ ਪੰਜਾਬੀ ਪਿਆਰ ਕਬੱਡੀ ਨੂੰ ਜੁਗਾਂ ਜੁਗਾਂ ਤੋਂ ਕਰਨ ਪੰਜਾਬੀ ਪਿਆਰ ਕਬੱਡੀ ਨੂੰ ਲਓ ਇਸ ਵੇਲੇ ਜੋਗੇ ਨੇ ਕਬੱਡੀ ਪਾ ਦਿੱਤੀ ਹੈ ਤੇ ਜਾਫੀ ਨੇ ਗੁੱਟ ਫੜਿਆ ਜਿਵੇਂ ਕਹਿੰਦੇ ਇੰਦਗੜ ਦਾ ਬਗੀਚਾ ਗੁੱਟ ਫੜਦਾ ਹੈ ਡਾਲੇ ਦਾ ਮਨਪ੍ਰੀਤ ਗੁੱਟ ਫੜਦਾ ਹੈ ਤੇ ਪੁਆਇੰਟ ਰੇਡਰ ਦੇ ਹਿੱਸੇ ਜੁੜਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਸਾਹਮਣੇ ਅਗਲੀ ਕਬੱਡੀ ਪਾਉਣ ਦੇ ਲਈ ਗੱਭਰੂ ਨੇ ਕੀਤੀ ਹੈ ਤਿਆਰੀ ਕਿ ਮਾਮਾ ਠੰਡੀਆਂ ਛਾਵਾਂ ਹੁੰਦੀਆਂ ਸਾਰਾ ਆਲਮ ਕਹਿੰਦਾ ਬਾਬਲ ਹੁੰਦਿਆਂ ਬੇਪਰਵਾਹੀਆਂ ਰੱਬ ਯਾਦ ਨਹੀਂ ਰਹਿੰਦਾ ਤੇ ਮਾਂ ਪਿਓ ਜੇ ਇਸ ਦੁਨੀਆਂ ਤੇ ਕੋਈ ਹੋਰ ਨਾ ਰਿਸ਼ਤੇ ਨਾਤੇ ਤਿੰਨ ਰੰਗ ਨਹੀਂ ਲੱਭਣੇ ਬੀਬਾ ਹੁਸਨ ਜਵਾਨੀ ਤੇ ਮਾਪੇ ਤਿੰਨ ਰੰਗ ਨਹੀਂ ਲੱਭਣੇ ਤੈਨੂੰ ਹੁਸਨ ਜਵਾਨੀ ਤੇ ਮਾਪੇ ਜਿਨ੍ਹਾਂ ਨੇ ਜਵਾਨੀ ਵਾਲੇ ਚਾਰ ਦਿਨ ਸਾਂਭੇ ਹੈ ਉਹਨਾਂ ਦੀ ਬੱਲੇ ਬੱਲੇ ਆ ਖੇਡ ਦੇ ਮੈਦਾਨਾਂ ਵਿੱਚ ਦੁਨੀਆਂ ਸਰਨਾਮੇ ਪੁੱਛਦੀ ਹੈ ਕਿ ਭਗਤ ਸਿੰਘ ਨਾ ਚੜਦਾ ਫਾਂਸੀ ਨਾ ਦੁਨੀਆਂ ਚੇਤੇ ਕਰਦੀ ਰਾਣੀ ਝਾਂਸੀ ਕੌਣ ਕਹਿੰਦਾ ਜੇ ਵਿੱਚ ਮੈਦਾਨ ਨਾ ਲੜਦੀ ਤੇ ਕੱਚੇ ਘੜੇ ਦੀ ਗੱਲ ਨਾ ਹੁੰਦੀ ਜੇ ਸੋਹਣੀ ਝਨਾ ਨਾ ਤਰਦੀ ਰਾਂਝੇ ਦਾ ਇਤਿਹਾਸ ਨਾ ਹੁੰਦਾ ਜੇ ਹੀਰ ਇਸ਼ਕ ਨਾ ਕਰਦੀ ਤੇ ਗੁਰਦਾਸ ਮਾਨ ਨੇ ਗਾਉਣਾ ਨਹੀਂ ਸੀ ਜੇ ਕਲਮ ਤਾਕਤ ਨਾ ਫੜਦੀ ਤੇ ਹਰਜੀਤ ਬਰਾੜ ਨੇ ਮਰਨਾ ਨਹੀਂ ਸੀ ਜੇ ਮੌਤ ਹੁੰਦੀ ਉਹਦੇ ਘਰ ਦੀ ਤੇ ਛਾਤੀ ਵਿੱਚ ਬਲ ਨਾ ਹੋਵੇ ਦੁਨੀਆਂ ਕਦੇ ਨਾ ਚੇਤੇ ਕਰਦੀ ਦੁਨੀਆਂ ਕਦੇ ਨਾ ਚੇਤੇ ਕਰਦੀ 70 ਕਿਲੋ ਦੀਆਂ ਜਿੰਨੀਆਂ ਵੀ ਟੀਮਾਂ ਆਈਆਂ ਐਂਟਰ ਹੋ ਜਾਓਗੇ ਜਲਦੀ ਤੋਂ ਜਲਦੀ 70 ਕਿਲੋ ਦੀਆਂ ਜਿੰਨੀਆਂ ਵੀ ਟੀਮਾਂ ਆਈਆਂ ਐਂਟਰ ਹੋ ਜਾਓ 20 ਟੀਮਾਂ ਸਾਡੇ ਕੋਲ ਐਂਟਰ ਹੋ ਗਈਆਂ ਵਾ 5 ਟੀਮਾਂ ਰਹਿ ਗਈਆਂ ਵਾ ਜਿਹੜੀਆਂ ਪਹਿਲਾਂ 5 ਟੀਮਾਂ ਐਂਟਰ ਹੋ ਗਈਆਂ ਉਹ ਵੀ ਕਰਨੀਆਂ ਗਾਂਹ ਵਾਲੀ ਟੀਮ ਕਬੱਡੀ 70 ਕਿਲੋ ਭਾਰ ਦੀਆਂ ਪਹਿਲੀਆਂ 25 ਟੀਮਾਂ ਐਂਟਰ ਕੀਤੀਆਂ ਜਾਣੀਆਂ 20 ਟੀਮਾਂ ਜਿਹੜੀਆਂ ਗਰਾਊਂਡ 'ਚ ਸਾਡੇ ਕੋਲ ਐਂਟਰ ਹੋ ਚੁੱਕੀਆਂ ਤੇ 5 ਟੀਮਾਂ ਦਾ ਜਿਹੜਾ ਇੰਤਜ਼ਾਰ ਹੈ ਮੇਰੀ ਬੇਨਤੀ ਹੈ ਕਬੱਡੀ 70 ਕਿਲੋ ਭਾਰ ਦੀਆਂ ਟੀਮਾਂ ਨੇ ਜਿਹੜੀਆਂ ਮੇਰੇ ਵੀਰੋ ਉਹ ਟੀਮਾਂ ਜਿਹੜੀਆਂ ਆਪਾਂ ਆਪਣੇ ਨਾਂ ਲਿਖਵਾ ਦੇਣ ਸਾਡੇ ਪ੍ਰਬੰਧਕ ਸੱਜਣਾਂ ਦੇ ਕੋਲ ਕਬੱਡੀ 70 ਕਿਲੋ ਭਾਰ ਦੀਆਂ ਟੀਮਾਂ ਇਸ ਵੇਲੇ ਜੋਗਾ ਡਾਲੇ ਪਿੰਡ ਵਾਲਾ ਗੱਭਰੂ ਕਬੱਡੀ ਪਾ ਰਿਹਾ ਹੈਲੋ ਹਰਦੀਪ ਕੋਕਰੀ ਨੂੰ ਠਾਣੇ ਗੱਲ ਵੱਲੋਂ 100 ਰੁਪਈਆ ਹਰਦੀਪ ਕੋਕਰੀ ਨੂੰ ਬਹੁਤ ਬਹੁਤ ਧੰਨਵਾਦ ਸਾਡੇ ਵੀ ਖਾਣਾ ਗਿੱਲ ਜੀ ਬੋਲਾਂ ਤੋਂ ਖੁਸ਼ ਹੋ ਕੇ 100 ਰੁਪਈਆ ਦੇ ਰਹੇ ਨੇ ਵੱਡਾ ਧੰਨਵਾਦ ਇਹਨਾਂ ਸਤਿਕਾਰਯੋਗ ਵੀਰਾਂ ਦਾ ਸਾਰੀ ਟੂਰਨਾਮੈਂਟ ਪ੍ਰਬੰਧਕ ਕਮੇਟੀ ਦੇ ਵੱਡੇ ਧੰਨਵਾਦ ਨੇ ਇਸ ਵੇਲੇ ਮੈਚ ਜਿਹੜਾ ਸਮਾਪਤ ਹੋ ਚੁੱਕਿਆ ਤੇ ਇਸ ਮੈਚ ਦੇ ਵਿੱਚੋਂ ਟੀਮ ਜਿਹੜੀ ਤਰਾਜ ਲੱਗਿਆ ਹੋਇਆ ਵੀ ਆਪਾਂ ਜਿਹੜਾ ਰਿਜ਼ਲਟ ਡਿਕਲੇਅਰ ਨਹੀਂ ਕਰਾਂਗੇ ਚੁਗਾਮਾ ਤੇ ਜਖੇਪੜ ਆਓ ਜੀ ਸੈਂਟਰ ਲਾਈਨ ਤੇ ਬਲਖੰਡੀ ਦਾ ਤਰਾਜ ਸੀ ਬਲਖੰਡੀ ਵੈਸੇ ਜਿੱਤ ਗਈ ਹੈ ਠੀਕ ਹੈ ਜੀ ਬਲਖੰਡੀ ਨੇ ਤਰਾਜ ਲਾਇਆ ਸੀ ਬਲਖੰਡੀ ਦੀ ਟੀਮ ਜਿਹੜੀ ਵੈਸੇ ਜੇਤੂ ਰਹੀ ਹੈ ਚੁਗਾਮਾ ਤੇ ਜਖੇਪੜ ਦੀਆਂ ਟੀਮਾਂ ਜਿਹੜੀਆਂ ਸੈਂਟਰ ਲਾਈਨ ਤੇ ਆ ਜਾਣ ਦਸਾਂਝ ਭਾਈ ਤੇ ਚੂੜ ਚੱਕ ਇਸ ਤੋਂ ਬਾਅਦ ਟੋਕਰੀ ਹੇਰ ਵੀ ਤੇ ਰਾਮੂ ਵਾਲਾ ਪੁਰਾਣੇ ਵਾਲਾ ਤੇ ਰਾਜਿਆਂ ਜਗਰਾਓ ਤੇ ਪੁਰਾਣੇ ਵਾਲਾ ਏ ਇਹ ਟੀਮਾਂ ਵੀਰ ਜੀ ਦਿੱਤੇ ਹੋਏ ਸਮੇਂ ਤੋਂ ਲੇਟ ਨਾ ਹੋਣ ਜਿਵੇਂ ਜਿਵੇਂ ਮੈਂ ਮੈਚ ਬੋਲਾਂਗਾ ਉਵੇਂ ਉਵੇਂ ਟੀਮਾਂ ਜਿਹੜੀਆਂ ਖੇਡਦੇ ਮੈਦਾਨ ਦੇ ਵੱਲ ਨੂੰ ਪੁੱਜਣਗੀਆਂ ਮੇਰੀ ਬੇਨਤੀ ਹੈ ਜਿਵੇਂ ਜਿਵੇਂ ਮੈਂ ਟੀਮਾਂ ਨੂੰ ਸੱਦੇ ਦੇ ਰਿਹਾ ਉਵੇਂ ਉਵੇਂ ਟੀਮਾਂ ਜਿਹੜੀਆਂ ਖੇਡ ਮੈਦਾਨ ਦੇ ਵੱਲ ਨੂੰ ਪੁੱਜਣਗੀਆਂ ਕਿ ਕਾਲਵਾਂ ਦਾ ਬੜਾ ਭਲਵਾਨ ਜਾਫੀਏ ਸਹਿਤੋਕੇ ਦਾ ਮੱਖਣ ਮਹਾਨ ਜਾਫੀਏ ਕੜਦੇ ਨੇ ਖੁੱਚ ਮੌਕੇ ਨੂੰ ਨਿਹਾਰ ਕੇ ਤੇ ਸੁੱਟੇ ਬਲਜੀਤ ਕੈਂਚੀ ਤੇਜ਼ ਮਾਰ ਕੇ ਮਾਰੇ ਅਮਰੂ ਜਨੇਤਪੁਰੀ ਡਾਂ ਜੋਧਿਆ ਫੜਦਾ ਸ਼ਿਕਾਰ ਜਿਵੇਂ ਬਾਜ ਜੋਧਿਆ ਫੜਦਾ ਸ਼ਿਕਾਰ ਜਿਵੇਂ ਬਾਜ ਜੋਧਿਆ ਕਿਹੜੇ ਜਾਫੀ ਨੇ ਬਾਜ ਵਾਲੀ ਝਪਟ ਮਾਰਨੀ ਹੈ ਗੱਲ ਸਮੇਂ ਦੀ ਕਰਾਂਗੇ